ਸਾਡਾ ਟੀ ਵੀ ਯੂ ਐੱਸ ਏ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ, ਅੱਜ ਅਸੀਂ ਕੈਂਪ ਬੱਚਿਆਂ ਦਾ ਜਿਹੜਾ ਲੱਗਦਾ ਆ ਖੇਡ ਕੈਂਪ, 14ਵਾਂ ਖੇਡ ਕੈਂਪ ਕੈਂਟ ਸ਼ਹਿਰ ਦੇ ਵਿੱਚ ਵਾਸ਼ਿੰਗਟਨ 'ਚ, ਉਹਦੀ ਅਜੇ ਤੇ ਸਮਾਪਤੀ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਸੀ। ਹਰ ਸ਼ਨੀਵਾਰ ਅਤੇ ਐਤਵਾਰ ਬੱਚਿਆਂ ਨੂੰ 5 ਤੋਂ 7 ਵਜੇ ਤੱਕ ਇੱਥੇ ਖਿਡਾਇਆ ਜਾਂਦਾ ਸੀਗਾ, ਅਲੱਗ ਅਲੱਗ ਗੇਮਾਂ ਹੁੰਦੀਆਂ ਸੀ, ਔਰ ਅੱਜ ਉਹਦੀ ਸਮਾਪਤੀ ਹੈ। ਇਸ ਜਿਹੜੇ ਖੇਡ ਕੈਂਪ ਨੂੰ ਸ਼ੁਰੂ ਕੀਤਾ ਸੀਗਾ ਗੁਰਚਰਨ ਸਿੰਘ ਜੀ ਢਿੱਲੋਂ, ਜਿਹੜੇ ਕਿ ਸਾਡੇ ਪਹਿਲਵਾਨ ਕਰਤਾਰ ਸਿੰਘ ਉਹਨਾਂ ਦੇ ਭਾਈ ਸਾਹਿਬ ਆ। ਸੋ ਉਹਨਾਂ ਦੀ ਮਿਹਨਤ 14 ਸਾਲਾਂ ਤੋਂ ਜਿਹੜੀ ਲਗਾਤਾਰ ਚੱਲ ਰਹੀ ਸੀ, ਹੁਣ ਉਹਨਾਂ ਦੀ ਥੋੜ੍ਹੀ ਜਿਹੀ ਸਿਹਤ ਬੇਸ਼ੱਕ ਨਾਸਾਜ ਆ, ਅਤੇ ਭਾਈ ਗੁਰਦੀਪ ਸਿੰਘ ਹੋਣੀ ਜਿਹੜੇ ਭਾਅ ਜੀ ਆ ਸਿੱਧੂ ਸਾਹਿਬ, ਉਹ ਸਾਰੇ ਕੈਂਪ ਨੂੰ ਔਰਗੇਨਾਈਜ਼ ਕਰਦੇ ਆ। ਬਾਕੀ ਸਾਰੇ ਜਿੰਨੇ ਵੀ ਇੱਥੇ ਸ਼ਹਿਰ ਦੇ ਪਤਵੰਤੇ ਸੱਜਣ ਆ, ਬਿਜ਼ਨਸਮੈਨ ਆ, ਸਾਰਿਆਂ ਦਾ ਬੜਾ ਵਧੀਆ ਸਾਥ ਆ। ਸੋ ਅੱਜ ਇਸ ਖੇਡ ਮੇਲੇ ਦੀ ਜਿਹੜੀ 14ਵੇਂ ਖੇਡ ਮੇਲੇ ਦੀ ਸਮਾਪਤੀ ਆ, ਅਤੇ ਉਹਦੀ ਅਸੀਂ ਅੱਜ ਜਿਹੜੀ ਸਾਡਾ ਟੀ ਵੀ ਦੀ ਟੀਮ ਇੱਥੇ ਕਵਰ ਕਰਨ ਵਾਸਤੇ ਆਈ ਆ। ਆਓ, ਜਿੰਨੇ ਵੀ ਇੱਥੇ ਪ੍ਰਬੰਧਕ ਸਾਹਿਬਾਨ ਆ, ਸਾਰਿਆਂ ਦੇ ਵਿਚਾਰ ਔਰ ਉਸ ਖੇਡ ਮੇਲੇ ਦੀ ਜਿਹੜੀ ਸਮਾਪਤੀ ਦਾ ਸਾਰਾ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜੁੜੇ ਰਹੋ ਸਾਡਾ ਟੀ ਵੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਆਪਣਾ ਸਾਡਾ ਟੀ ਵੀ, ਸਿਮਰਨ ਭਾਅ ਜੀ ਦਾ ਟੀ ਵੀ, ਅਤੇ ਪੀ ਟੀ ਸੀ ਤੰਜੂ ਛੋਟਾ ਵੀਰ, ਜਿਹੜੇ ਹਮੇਸ਼ ਇਸ ਤਰ੍ਹਾਂ ਦੇ ਮੇਲਿਆਂ 'ਤੇ ਪਹੁੰਚਦੇ ਨੇ, ਆਪਣੇ ਕੀਮਤੀ ਸਮੇਂ ਤੋਂ ਸਾਨੂੰ ਸਾਰਿਆਂ ਨੂੰ ਸਮਾਂ ਦਿੰਦੇ ਆ, ਦਿਲੋਂ ਧੰਨਵਾਦ। ਅੱਜ ਦਾ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ, ਇਹ ਜਿਹੜਾ 14-15 ਸਾਲਾਂ ਤੋਂ ਬੱਚਿਆਂ ਦਾ ਅਸੀਂ ਕਰਦੇ ਹਾਂ, ਉਹਦਾ ਕਲੋਜ਼ਿੰਗ ਡੇ ਆ 25 ਅਗਸਤ, ਅਤੇ ਬੜੀ ਹੁੰਮ ਹੁਮਾ ਕੇ ਸਾਰੀ ਸੰਗਤ ਆਈ ਹੈ। ਇੱਕ ਵੱਖਰਾ ਨਜ਼ਾਰਾ, ਇੱਕ ਵੱਖਰੀ ਰੂਹ ਇਹਦੇ ਇਸ ਮੇਲੇ ਦੇ ਵਿੱਚ ਮਿਲਦੀ ਆ, ਜਿਹੜੀ ਸਾਨੂੰ ਪੰਜਾਬ ਦੀ ਔਰ ਪੰਜਾਬ ਦੀਆਂ ਹਵਾਵਾਂ ਦੀ ਯਾਦ ਕਰਵਾਉਂਦੀ ਆ। ਮੈਂ ਅੱਗੇ ਤੋਂ ਵੀ ਸਾਰਿਆਂ ਨੂੰ ਤਾਕੀਦ ਕਰਦਾ, ਸਪੈਸ਼ਲੀ ਸੈਟਲ ਵਾਸੀ, ਹੁੰਮ ਹੁਮਾ ਕੇ ਆਇਆ ਕਰੋ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਿਆ ਕਰੋ, ਤਾਂ ਕਿ ਇਹਨਾਂ ਰੌਣਕਾਂ ਵਿੱਚ ਹੋਰ ਵਾਧਾ ਕਰ ਸਕੀਏ। ਔਰ ਇਹ ਜਿਹੜੇ ਬੱਚੇ ਇੱਥੇ ਆਉਂਦੇ ਨੇ, ਇਹ ਸਾਡਾ ਮੇਨ ਜੋ ਮਕਸਦ ਹੈ, ਸਿਰਫ ਤੇ ਸਿਰਫ ਇਹ ਆ ਕਿ ਇਹਨਾਂ ਨੂੰ ਆਪਣੇ ਕਲਚਰ ਨਾਲ, ਆਪਣੇ ਪਿਛੋਕੜ ਨਾਲ, ਆਪਣੀ ਬੋਲੀ ਨਾਲ ਜੋੜਿਆ ਜਾ ਸਕੇ। ਔਰ ਉਹ ਜੁੜਦੇ ਨੇ, ਉਹਦਾ ਰਿਜ਼ਲਟ ਸਾਡੇ ਸਾਹਮਣੇ ਆ, ਬੱਚੇ ਯੂਨੀਵਰਸਿਟੀ 'ਚ ਗਏ ਨੇ, ਪੰਜਾਬੀ ਬੋਲਦੇ ਆ, ਪੰਜਾਬੀ ਸਮਝਦੇ ਆ, ਆਪਣੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਡੀਆਂ ਦੇਸੀ ਬੋਲੀ ਦੀਆਂ ਦੇਸੀ ਖੇਡਾਂ ਜਿਹੜੀਆਂ ਅਸੀਂ ਆਪਣੇ ਪਿੰਡਾਂ 'ਚ, ਆਪਣੇ ਪੰਜਾਬ 'ਚ, ਆਪਣੀ ਧਰਤੀ 'ਚ ਖੇਡਦੇ ਰਹੇ ਹਾਂ, ਉਹਨਾਂ 'ਤੇ ਕੋਸ਼ਿਸ਼ ਕਰੀਦੀ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਸਾਡਾ ਕਲਚਰ ਕੀ ਹੈ, ਸਾਡੀ ਬੋਲੀ ਕੀ ਹੈ, ਔਰ ਅਸੀਂ ਕੀ ਕਰਨਾ। ਸੋ ਅੱਜ ਕਲੋਜ਼ਿੰਗ ਡੇਟ ਹੈ, ਔਰ ਬੜੀ ਸਾਧ ਸੰਗਤ ਹੁੰਮ ਹੁਮਾ ਕੇ ਪਹੁੰਚੀ ਆ। ਬੱਚਿਆਂ ਦਾ ਕੰਪੀਟੀਸ਼ਨ ਵੀ ਆ, ਸਾਡੇ ਚੀਫ ਗੈਸਟ ਵੀ ਪਹੁੰਚ ਚੁੱਕੇ ਆ, ਔਰ ਸਾਰਾ ਮੇਲਾ ਜਿਹੜਾ ਕੰਪਲੀਟ ਹੋ ਕੇ ਅੱਜ ਸਾਡੇ ਕੋਲ ਇੱਥੇ ਆ ਚੁੱਕਿਆ ਆ। ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਇਹ ਮਾਈਕ ਪੱਖੋਂ ਸਹਾਇਤਾ ਦਿੱਤੀ ਆ, ਜਿਨ੍ਹਾਂ ਨੇ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ, ਬੱਚਿਆਂ ਦੀਆਂ ਕਿੱਟਾਂ ਦਾ ਪ੍ਰਬੰਧ ਕੀਤਾ, ਔਰ ਮੈਂ ਇਹੀ ਬੇਨਤੀ ਕਰਦਾ ਕਿ ਅੱਗੇ ਤੋਂ ਇਸੇ ਤਰ੍ਹਾਂ ਹੁੰਮ ਹੁਮਾ ਕੇ ਸਾਡੀ ਮਦਦ ਵੀ ਕਰੋ ਔਰ ਸਾਡੀ ਹੌਸਲਾ ਅਫਜਾਈ ਵੀ ਕਰਿਆ ਕਰੋ। ਤੁਹਾਡਾ ਦਿਲੋਂ ਧੰਨਵਾਦ, ਔਰ ਮੀਡੀਆ ਦਾ ਵੀ, ਜਿਹੜੇ ਹਰ ਸਾਲ ਆ ਕੇ ਇਸ ਸੇਵਾ 'ਚ ਹਾਜ਼ਰ ਹੁੰਦੇ ਨੇ, ਦਿਲੋਂ ਸ਼ੁਕਰੀਆ। ਮੈਂ ਹਰਦੀਪ ਗਿੱਲ, ਅਸੀਂ ਅੱਜ 14 ਸਾਲ ਹੋ ਗਏ ਸਾਨੂੰ ਇੱਥੇ ਬੱਚਿਆਂ ਦਾ ਕੈਂਪ ਕਰਾਉਂਦਿਆਂ ਨੂੰ, ਅੱਜ ਉਹਨਾਂ ਦੀ ਕਲੋਜ਼ਿੰਗ ਸੈਰਾਮਨੀ, ਅਤੇ ਅੱਜ ਅਸੀਂ ਸਾਰੇ ਇੱਥੇ, ਸਾਰਾ ਸਿਆਟਲ ਨਿਵਾਸੀ ਅਤੇ ਸਾਰੇ ਆਪਣੇ ਕੈਂਟ ਨਿਵਾਸੀ ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ। ਇਹ ਜਿਹੜਾ ਪਿਛਲੇ 14 ਸਾਲਾਂ ਤੋਂ ਅਸੀਂ ਕੈਂਪ ਚਲਾ ਰਹੇ ਹਾਂ, ਇਹਦੇ ਵਿੱਚ ਸਾਰੇ ਬਜ਼ੁਰਗ ਵਗੈਰਾ ਔਰ ਸਾਰੇ ਬੱਚੇ ਇੱਥੇ ਇਕੱਠੇ ਹੋ ਕੇ ਹਰ ਸਾਲ ਅਸੀਂ ਇਹ ਜੂਨ ਤੋਂ ਲੈ ਕੇ ਅਤੇ ਅਗਸਤ ਦੇ ਵਿੱਚ ਐਂਡ ਅਸੀਂ ਇਹਨਾਂ ਦਾ ਐਂਡ ਕਰਦੇ ਹਾਂ, ਅਤੇ ਅੱਜ 14ਵੇਂ ਸਾਲ ਦਾ ਅੱਜ ਐਂਡ ਅਸੀਂ ਕਰ ਰਹੇ ਹਾਂ। ਬਾਕੀ ਇਹਦੇ 'ਚ ਇਹ ਹੈਗਾ ਵੀ ਜਿਹੜੇ ਬੱਚੇ ਹੈਗੇ ਆ, ਨਾਲੇ ਤਾਂ ਉਹ ਘਰੋਂ ਬਾਹਰ ਨਿਕਲਦੇ ਆ, ਜਦੋਂ
ਛੁੱਟੀਆਂ ਹੁੰਦੀਆਂ ਉਹ ਗਲਤ ਕੰਮ 'ਚ ਨਹੀਂ ਪੈਂਦੇ, ਬੱਚਿਆਂ ਦਾ ਟਾਈਮ ਪਾਸ ਹੁੰਦਾ, ਨਾਲ ਉਹਨਾਂ ਦੇ ਜਿਹੜੇ ਮਾਂ ਪਿਓ ਆ ਉਹ ਵੀ, ਬਾਕੀ ਹੋਰ ਬਜ਼ੁਰਗ, ਉਹਨਾਂ ਦਾ ਟਾਈਮ ਬਹੁਤ ਵਧੀਆ ਪਾਸ ਹੁੰਦਾ। ਵੀਕਐਂਡ ਦੇ ਉੱਤੇ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ, ਕਿਉਂਕਿ ਇਹ ਐਕਚੁਲੀ ਮੇਲਾ 'ਚ ਸ਼ੁਰੂ ਕਰਾਇਆ ਸੀ ਗੁਰਚਰਨ ਸਿੰਘ ਢਿੱਲੋਂ ਨੇ, ਉਹਨਾਂ ਦੀ ਥੋੜ੍ਹੀ ਜਿਹੀ ਸਿਹਤ ਖਰਾਬ ਹੋਣ ਕਰਕੇ ਅੱਜ ਕੱਲ੍ਹ ਅਸੀਂ ਸਿੱਧੂ ਸਾਹਿਬ ਨੂੰ ਇਹਦੀ ਰਿਸਪੋਂਸੀਬਿਲਟੀ ਦਿੱਤੀ ਆ, ਜੋ ਕਿ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ। ਬਾਕੀ ਇਹ ਹੈਗਾ ਵੀ ਇਹੋ ਜਿਹੇ ਮੇਲੇ ਲੱਗਦੇ ਰਹਿਣ ਤਾਂ ਸਾਰੇ ਰੌਣਕਾਂ, ਸਾਰੇ ਕਮਿਊਨਿਟੀ ਜੁੜੀ ਰਹਿੰਦੀ ਆ। ਇਹਦੇ ਨਾਲ ਇਹ ਹੈਗਾ ਬਈ ਅਸੀਂ ਬੱਚਿਆਂ ਨੂੰ ਬਾਹਰ ਅੰਦਰ ਲਿਜਾਣ ਦੀ ਬਜਾਏ ਅਸੀਂ ਇੱਥੇ ਜੇ ਖੇਡਾਂ 'ਚ ਪਾਉਂਦੇ ਹਾਂ ਤਾਂ ਉਹਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਰਿਸਪੋਂਸ ਮਿਲਦਾ। ਬਾਕੀ ਮਾਂ ਪਿਓ ਨੂੰ ਵੀ ਖੁਸ਼ੀ ਹੁੰਦੀ ਵੀ ਸਾਡੇ ਬੱਚੇ ਥੋੜ੍ਹੇ ਜਿਹੇ ਤੰਦਰੁਸਤ ਹੈਗੇ ਆ, ਭੱਜਦੇ ਨੱਠਦੇ ਆ, ਇੱਕ ਦੂਜੇ ਨਾਲ ਮੇਲ ਹੁੰਦਾ, ਕਿਉਂਕਿ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ, ਇੱਥੇ ਜਾਣ ਪਛਾਣ ਹੁੰਦੀ ਆ, ਫਿਰ ਸਾਰੀ ਉਮਰ ਉਹਨਾਂ ਦਾ, ਮਤਲਬ ਸਾਰੀ ਉਮਰ ਦਾ ਪਿਆਰ ਪੈ ਜਾਂਦਾ ਬੱਚਿਆਂ ਦਾ। ਬਾਕੀ ਗੱਲ ਇਹ ਹੈਗੀ ਆ ਵੀ ਅਸੀਂ ਆਪ ਵੀ ਇੱਥੇ ਆ ਕੇ ਇਕੱਠੇ ਯਾਰਾਂ ਦੋਸਤਾਂ ਨੂੰ ਮਿਲਦੇ ਹਾਂ, ਹੁਣ ਉਮਰ ਹੀ ਇਹੋ ਜਿਹੀ ਹੋਈ ਵੀ ਆ ਵੀ ਸਭ ਬੰਦਾ ਜਿਹੜਾ ਕਹਿੰਦਾ ਕਿਤੇ ਨਾ ਕਿਤੇ ਮਿਲ ਲਈਏ, ਸਾਰੇ ਆਪੋ ਆਪਣੇ ਰੁਝੇਵੇਂ ਕੱਢ ਕੇ ਅਤੇ ਮਤਲਬ ਇੱਥੇ ਆ ਕੇ ਮਿਲਦੇ ਆ, ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਸਿੱਧੂ ਸਾਹਿਬ ਨੂੰ ਕਹਾਂਗੇ ਵੀ ਤੁਸੀਂ ਪਲੀਜ਼ ਇਹਨੂੰ ਕੰਟੀਨਿਊਜ਼ ਰੱਖਣਾ, ਅਗਲੇ ਸਾਲ ਵੀ, ਅਗਲੇ ਸਾਲ ਕੀ ਜਿੰਨੀ ਸਾਡੇ 'ਚ ਪਹੁੰਚ ਹੈਗੀ ਆ ਇਹੋ ਸਾਰੇ ਇਹਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਇਹ ਹੈ ਵੀ ਅਸੀਂ ਸਾਰੇ ਜਿਹੜੇ ਵਲੰਟੀਅਰ ਹੈਗੇ ਆ ਜਾਂ ਜਿਹੜੇ ਵੀ ਸਾਡੇ ਡੋਨਰ ਹੈਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਮੇਲੇ ਲੱਗਦੇ ਆ, ਜਿਹੜੇ ਸਪੋਰਟਰ ਆ ਉਹਨਾਂ ਦੇ ਕਰਕੇ ਮੇਲੇ ਸ਼ੁਰੂ ਹੁੰਦੇ ਆ ਅਤੇ ਉਹਨਾਂ ਦੇ ਕਰਕੇ ਮੇਲੇ ਇਹ ਸਿਰੇ ਚੜ੍ਹਦੇ ਆ। ਬਾਕੀ ਅਸੀਂ ਸਾਡਾ ਟੀਵੀ ਦਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਨੇ ਹਰ ਕਵਰੇਜ ਕੀਤੀ ਆ ਸਾਡੀ। ਅਤੇ ਬਾਕੀ ਸਾਰੇ ਸਿਆਟਲ ਨੂੰ ਬਹੁਤ ਬਹੁਤ ਵਧਾਈਆਂ, ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਉਹਨਾਂ ਦਾ ਧੰਨਵਾਦ ਅਤੇ ਸਾਡੇ ਟੀਵੀ ਦਾ ਅਤੇ ਆਪਣਾ ਤਜੂ ਸਾਹਿਬ ਇਹ ਤਾਂ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਹਾਂਜੀ, ਜਿੱਦਾਂ ਹਰ ਸਾਲ ਦੀ ਤਰ੍ਹਾਂ ਇਹ ਐਤਕੀ ਫਿਰ ਅਸੀਂ 14ਵਾਂ ਸਪੋਰਟਸ ਕੈਂਪ ਬੱਚਿਆਂ ਦਾ ਲਾ ਰਹੇ ਹਾਂ। ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਸਰਦਾਰ ਗੁਰਚਰਨ ਸਿੰਘ ਢਿੱਲੋਂ ਨੇ, ਅਤੇ ਹੁਣ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਹੁਣ ਉਹਨਾਂ ਨੇ ਇੰਚਾਰਜ ਸਰਦਾਰ ਗੁਰਦੀਪ ਸਿੰਘ ਸਿੱਧੂ ਨੂੰ ਬਣਾਇਆ, ਅਤੇ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਬੱਚਿਆਂ ਨੇ ਸਪੋਰਟ ਪਾਰਟੀਸਪੇਟ ਕੀਤਾ, ਸਾਡੀ ਕਮਿਊਨਿਟੀ ਨੇ ਬਹੁਤ ਅੱਗੇ ਨਾਲ ਵੀ ਜ਼ਿਆਦਾ ਵਿੱਚ ਪਾਰਟੀਸਪੇਟ ਕੀਤਾ, ਜਦੋਂ ਤੁਸੀਂ ਦੇਖ ਰਹੇ ਹੋ ਜੇ ਆ ਰਹੇ ਨੇ। ਅਤੇ ਅਸੀਂ ਬੱਚਿਆਂ ਦਾ, ਬੱਚਿਆਂ ਦੇ ਮਾਂ ਬਾਪ ਦਾ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ, ਇੱਥੇ ਲੈ ਕੇ ਆਉਂਦੇ ਆ ਗਰਮੀਆਂ ਦੇ ਇਹ ਸਮਰ ਦੇ ਮਹੀਨਿਆਂ ਵਿੱਚ, ਅਤੇ ਜਿਹੜੇ ਸਾਡੇ ਸਪੋਂਸਰ ਨੇ ਜਿਹੜੇ ਹਰ ਸਾਲ ਦੀ ਤਰ੍ਹਾਂ ਸਾਡੇ ਨਾਲ ਜੁੜਦੇ ਆ, ਬੱਚਿਆਂ ਨੂੰ ਪੀਜ਼ਾ ਖਵਾਉਂਦੇ ਆ, ਉਹਨਾਂ ਨੂੰ ਇਨਾਮਾਂ ਦੇ ਵਿੱਚ ਹੈਲਪ ਕਰਦੇ ਆ, ਪੈਸੇ ਦਿੰਦੇ ਆ। ਅਤੇ ਅਸੀਂ ਸਾਰੇ ਵੀ ਇੱਥੋਂ ਦੀ ਲੋਕਲ ਕਮਿਊਨਿਟੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਸਰਦਾਰ ਗੁਰਚਰਨ ਸਿੰਘ ਢਿੱਲੋਂ ਦਾ ਬਹੁਤ ਧੰਨਵਾਦ ਕਰਦੇ, ਜਿਨ੍ਹਾਂ ਨੇ 13 ਸਾਲ ਆਪਣੇ ਗਰਮੀਆਂ ਦੇ ਮਹੀਨਿਆਂ ਵਿੱਚ ਸਾਰੇ ਕੰਮ ਕਾਰ ਛੱਡ ਕੇ ਇੱਥੇ ਸਪੋਰਟ ਕਰਦੇ ਰਹੇ ਆ। ਅਤੇ ਹੁਣ ਅਸੀਂ ਆਸ ਕਰਦੇ ਹਾਂ ਸਰਦਾਰ ਗੁਰਦੀਪ ਸਿੰਘ ਸਿੱਧੂ ਕੋਲੋਂ ਉਹ ਵੀ ਇਸੇ ਤਰ੍ਹਾਂ ਉਹਨਾਂ ਦਾ ਚਲਾਇਆ ਹੋਇਆ ਜਿਹੜਾ ਇਹ ਕੈਂਪ ਹੈਗਾ ਆ ਇਹਨੂੰ ਚਾਲੂ ਰੱਖਣਗੇ। ਅਤੇ ਅਸੀਂ ਆਪਣੇ ਨੌਜਵਾਨ ਜਿਹੜੇ ਸਾਡੇ ਜਾਂ ਜਿੰਨੇ ਵੀ ਇੱਥੇ ਹੈਲਪ ਕਰਦੇ ਆ ਵਾਲੰਟੀਅਰ, ਸਪੈਸ਼ਲੀ ਜਿਹੜੇ ਕੋਚਿੰਗ ਕਰਦੇ ਆ ਬੱਚਿਆਂ ਨੂੰ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਉਹ ਵੀ ਇਸੇ ਤਰ੍ਹਾਂ ਹੀ ਇਹਨਾਂ ਬਿਜ਼ੀ ਟਾਈਮ ਹੁੰਦਾ ਸਾਡਾ, ਸੀਜ਼ਨ ਦਾ ਟਾਈਮ ਹੁੰਦਾ, ਆਪਣੇ ਕੰਮਾਂ 'ਚੋਂ ਟਾਈਮ ਕੱਢ ਕੇ ਇੱਥੇ ਹੁੰਦੇ ਆ ਅਤੇ ਬੱਚਿਆਂ ਨੂੰ ਗਾਈਡ ਕਰਦੇ ਆ। ਅਤੇ ਇਸ ਨਾਲ ਵੱਡੀ ਗੱਲ ਇਹ ਆ ਕਿ ਬੱਚੇ ਇੱਕ ਦੂਜੇ ਨਾਲ ਜੁੜਦੇ ਆ, ਪਿਆਰ ਵੱਧਦਾ ਉਹਨਾਂ ਦਾ, ਡਿਸਿਪਲਿਨ ਸਿੱਖਦੇ ਆ। ਅਤੇ ਇੱਕ ਜਿਹੜੇ ਬਜ਼ੁਰਗ ਨੇ ਉਹ ਆ ਕੇ ਇੱਥੇ ਜਿਹੜੇ 12-14 ਵੀਕਐਂਡ ਹੁੰਦੇ ਆ ਇੱਥੇ ਇਕੱਠੇ ਹੁੰਦੇ ਆ, ਆਪਣਾ ਦਿਲ ਖੁੱਲ੍ਹ ਕੇ ਗੱਲਾਂ ਕਰਦੇ ਆ। ਅਤੇ ਇੱਕ ਸਾਡੇ ਹੈਗੇ ਨੇ ਗਿੱਲ ਸਾਹਿਬ ਜਿਹੜੇ ਫੋਟੋਗ੍ਰਾਫੀ ਕਰਦੇ ਆ PTC ਦਾ,
ਅਤੇ ਸਿਮਰਜੀਤ ਸਿੰਘ ਉਹਨਾਂ ਦਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਕਿਤੇ ਲੋੜ ਹੁੰਦੀ ਹੈ ਇਹ ਸਾਨੂੰ ਕਵਰ ਕਰਦੇ ਆ, ਅਤੇ ਇਸੇ ਤਰ੍ਹਾਂ ਜਿਹੜੇ ਯੋਗਾ ਕਰਾਉਂਦੇ ਆ ਸਾਡੇ ਇੱਥੇ, ਉਹ ਕੋਈ 50 ਤੋਂ 60 ਬੀਬੀਆਂ ਯੋਗਾ ਸਿੱਖਦੀਆਂ ਆ ਅਤੇ ਕਰਨ ਲੱਗ ਗਏ ਆ। ਉਹਨਾਂ ਨੇ ਅੱਗੇ ਉਹਨਾਂ ਨੂੰ ਕਾਫੀ ਟ੍ਰੇਨ ਕੀਤਾ ਆ, ਉਹ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਉੱਧਰ ਲਾ ਰਹੇ ਆ, ਬਹੁਤ ਵਧੀਆ ਗੱਲ ਆ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਸੁੱਖੀ ਸਾਂਦੀ ਇੱਦਾਂ ਹੀ ਸਾਰੇ, ਕੋਈ ਕਿਸੇ ਦੇ ਸੱਟ ਫੇਟ ਨਹੀਂ ਵੱਜਦੀ, ਬੜੇ ਪਿਆਰ ਨਾਲ ਖੇਡਦੇ ਆ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਹਾਂਜੀ, ਮੇਰਾ ਨਾਮ ਮਿੱਤਰਪਾਲ ਜੀ, ਅਤੇ ਇਹ ਜਿਹੜਾ ਬੱਚਿਆਂ ਦਾ ਇੱਥੇ ਸਪੋਰਟਸ ਦਾ ਪ੍ਰੋਗਰਾਮ ਚੱਲ ਰਿਹਾ, ਇਹ ਵਾਕਈ ਇੱਕ ਸਾਡੀ ਨੈਕਸਟ ਜਿਹੜੀ ਜਨਰੇਸ਼ਨ ਹੈ ਉਹਨੂੰ ਇੱਕ ਚੰਗੇ ਰਸਤੇ 'ਤੇ ਪਾਉਣ ਦਾ ਬਹੁਤ ਵੱਡਾ ਉਪਰਾਲਾ ਹੈ। ਆਪਣੇ ਸਰਦਾਰ ਗੁਰਚਰਨ ਸਿੰਘ ਢਿੱਲੋਂ ਜੀ ਅਤੇ ਆਪਣੇ ਸਿੱਧੂ ਸਾਹਿਬ ਅਤੇ ਹੋਰ ਸਾਡੇ ਜਿੰਨੇ ਵੀ ਸੱਜਣ ਹੈ ਨੇ, ਇਹ ਬੜੀ ਦੇਰ ਤੋਂ ਇਸ ਜੋ ਇੱਕ ਚੰਗਾ ਉੱਦਮ ਹੈ ਉਹਦੇ ਨਾਲ ਜੁੜੇ ਹੋਏ ਨੇ ਔਰ ਬੱਚਿਆਂ ਨੂੰ ਇੱਕ ਚੰਗਾ ਰਸਤਾ, ਇੱਕ ਚੰਗਾ ਭਵਿੱਖ ਦੇਣ ਲਈ, ਚੰਗੀ ਸਿਹਤ ਦੇਣ ਲਈ, ਇੱਕ ਸਪੋਰਟਸਮੈਨਸ਼ਿਪ ਜਿਹੜੀ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰਨ ਵਾਸਤੇ ਬਹੁਤ ਯਤਨਸ਼ੀਲ ਨੇ। ਇਸ ਦੇ ਨਾਲ ਸਾਡੀ ਜੋ ਕਮਿਊਨਿਟੀ ਹੈ ਉਹ ਵੀ ਆਪਣਾ ਪੂਰਾ ਸਾਥ ਦੇ ਰਹੀ ਹੈ ਔਰ ਅਸੀਂ ਆਸ ਕਰਨੇ ਹਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ, ਸਾਡੇ ਬੱਚੇ ਉਹ ਹਰ ਤਰ੍ਹਾਂ ਦੀਆਂ ਜਿਹੜੀਆਂ ਇਸ ਵਕਤ ਪ੍ਰੋਬਲਮ ਸਮਾਜ ਦੇ ਵਿੱਚ ਆ ਰਹੀਆਂ, ਭਾਵੇਂ ਉਹ ਡਰੱਗਸ ਦੀ ਹੋਏ, ਭਾਵੇਂ ਉਹ ਗੈਂਗਸਟਰ ਹੋਣ, ਜਾਂ ਕੋਈ ਵੀ ਐਸਾ ਹੈ ਕਿ ਉਹ ਭਟਕ ਕੇ ਕਿਸੇ ਦੂਸਰੇ ਰਸਤੇ 'ਤੇ ਲੱਗਣ, ਇਹ ਇੱਕ ਐਸਾ ਉਪਰਾਲਾ ਜਿਹੜਾ ਉਹਨਾਂ ਨੂੰ ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਬਚਾ ਕੇ ਸਾਡੀ ਕਮਿਊਨਿਟੀ ਨੂੰ ਔਰ ਅਮੈਰੀਕਾ ਦਾ ਜੋ ਸਟੇਟ ਹੈ ਉਹਨੂੰ ਇੱਕ ਚੰਗੀ ਜਿਹੜੀ ਸਪੋਰਟ ਹੈ ਅੱਗੋਂ ਉਹਦੇ ਵਿੱਚ ਕਮਿਊਨੀਕੇਟ ਕਰਨ ਵਾਸਤੇ ਉਹ ਪ੍ਰੋਵਾਈਡ ਕਰ ਸਕਦਾ ਹੈ। ਜੀ, ਸਤਿ ਸ਼੍ਰੀ ਅਕਾਲ, ਐਂਡ ਸਾਰੇ ਆਏ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮੈਂ ਸੰਤੋਖ ਸਿੰਘ ਮੰਡੇਰ, ਕੈਨੇਡਾ ਤੋਂ, ਸਰੀ ਤੋਂ, ਇੰਡੋ ਕੈਨੇਡੀਅਨ ਟਾਈਮਸ ਦੇ ਰਿਪੋਰਟਰ ਹਾਂ। ਹੁਣੇ ਹੁਣੇ ਮੈਂ ਪੈਰਿਸ ਓਲੰਪਿਕ ਵੀ ਕਵਰ ਕਰਕੇ ਆਇਆ। ਹਾਂਜੀ ਜੀ, ਅੱਜ ਤੁਸੀਂ ਪਹੁੰਚੇ ਹੋ, ਇਹਦੇ ਬਾਰੇ ਕੋਈ ਚਰਚਾ ਦਿਓ। ਇਹ ਜੀ, ਕੋਈ ਪਿਛਲੇ 15-20 ਸਾਲ ਤੋਂ ਸਪੋਰਟਸ ਕੈਂਪ ਬੱਚਿਆਂ ਦਾ ਲਗਾ ਰਹੇ ਨੇ ਸਰਦਾਰ ਗੁਰਚਰਨ ਸਿੰਘ ਢਿੱਲੋਂ, ਜਿਹੜੇ ਪੰਜਾਬ ਸਪੋਰਟਸ ਡਿਪਾਰਟਮੈਂਟ 'ਚ ਸਾਡੇ ਮਹਿਕਮੇ 'ਚ ਰੈਸਲਿੰਗ ਕੋਚ ਸੀ। ਮੈਂ ਉਹਨਾਂ ਸਮੇਂ 'ਚ ਕਬੱਡੀ ਕੋਚ ਸੀ ਅਤੇ ਫਿਰ ਉਹ ਨਿਊਯਾਰਕ ਆ ਗਏ, ਨਿਊਯਾਰਕ ਤੋਂ ਸਿਆਟਲ ਆ ਗਏ। ਇੱਥੇ ਆ ਕੇ ਉਹਨਾਂ ਨੇ ਸਾਰਿਆਂ ਨਾਲੋਂ ਵੱਡਾ ਜਿਹੜਾ ਕੰਮ ਵਧੀਆ ਕੀਤਾ, ਇਹ ਬੱਚਿਆਂ ਦੇ ਕੈਂਪ ਲਾਏ, ਬੱਚਿਆਂ ਨੂੰ ਘਰਾਂ ਤੋਂ ਕੱਢ ਕੇ ਇੱਥੇ ਫੀਲਡ 'ਚ ਲਿਆਂਦਾ। ਅਤੇ ਅਸੀਂ ਉਹਨਾਂ ਦਾ ਅਤੇ ਉਹਨਾਂ ਦੀ ਟੀਮ ਦਾ, ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਮੋਹਨ ਸਿੰਘ ਧਾਲੀਵਾਲ, ਇਹ ਸਾਰੀ, ਹਰਦੀਪ ਸਿੰਘ ਗਿੱਲ, ਇਹ ਸਾਰਿਆਂ ਨੇ ਉਹਨਾਂ ਦੀ ਸਪੋਰਟ ਕੀਤੀ ਅਤੇ ਇਹ ਕੈਂਪ ਪਿਛਲੇ ਕੋਈ ਕਈ ਸਾਲਾਂ ਤੋਂ ਚੱਲ ਰਿਹਾ ਅਤੇ ਅੱਜ ਇਹਦਾ ਆਖਰੀ ਦਿਨ ਹੈ। ਇੱਥੇ ਬੜੇ ਬੜੇ ਮਹਿਮਾਨ ਪਹੁੰਚੇ ਹੋਏ ਨੇ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਅੱਜ ਇਸ ਜਿਹੜਾ ਬੱਚਿਆਂ ਦਾ ਸਮਰ ਸਪੋਰਟਸ ਕੈਂਪ ਹੈ ਇਹਦਾ ਆਖਰੀ ਦਿਨ ਹੈ ਅਤੇ ਇਹਦੇ 'ਤੇ ਪ੍ਰਾਈਜ਼ ਵੰਡੇ ਜਾਣਗੇ ਅਤੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਹੁੰਚੇ ਪਤਵੰਤੇ ਸੱਜਣਾਂ ਦਾ ਬਹੁਤ ਜੀ ਆਇਆਂ ਨੂੰ। ਇਹ ਅੱਜ ਸਮਾਪਨ ਪ੍ਰੋਗਰਾਮ ਹੈ ਵਿਲਸਨ ਪਾਰਕ ਵਿਖੇ, ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਆਏ ਹੋਏ ਜਿੰਨੇ ਬੱਚੇ ਆਏ ਨੇ, ਅੱਜ ਪਹੁੰਚੇ ਨੇ ਅੱਜ ਸਮਾਪਨ ਪ੍ਰੋਗਰਾਮ 'ਤੇ, ਦੂਰੋਂ ਨੇੜੇ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ, ਸਾਰਿਆਂ ਦਾ ਸਭ ਤੋਂ ਪਹਿਲਾਂ ਜੀ ਆਇਆਂ ਅਤੇ ਵੈਲਕਮ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮੱਲ ਅਖਾੜੇ ਸ਼ੁਰੂ ਕੀਤੇ ਸੀ ਗੁਰੂ ਅਮਰਦਾਸ ਜੀ ਨੇ, ਸ਼ੁਰੂ ਤੋਂ ਹੀ ਸਰੀਰਕ ਕਸਰਤ ਵਾਸਤੇ, ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਅੱਗੇ ਵਧਾਉਂਦਿਆਂ ਵਿਲਸਨ ਪਾਰਕ ਵਿੱਚ ਲਗਾਤਾਰ ਦੋ ਮਹੀਨੇ ਤੋਂ ਚੱਲ ਰਿਹਾ ਇਹ ਪ੍ਰੋਗਰਾਮ, ਬਹੁਤ ਹੀ ਅੱਜ ਸੰਪੂਰਨਤਾ ਸਹਿਤ ਵਧੀਆ ਤਰੀਕੇ ਨਾਲ ਨਿਬੜਦਾ ਹੁੰਦਾ ਜਾ ਰਿਹਾ ਅਤੇ
ਇਸ ਵਿੱਚ ਹਾਲਾਂਕਿ ਸ਼ੁਰੂ ਵਿੱਚ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਿਆ ਸੀ ਕਿ ਗਰਮੀ ਅੱਤ ਹੋਣ ਦੇ ਕਾਰਨ ਬਾਵਜੂਦ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਲਗਾਤਾਰ ਚੱਲਦਾ ਰਿਹਾ। ਇਹਦੇ ਵਿੱਚ ਬੱਚੇ ਬਹੁਤ ਉਤਸ਼ਾਹਿਤ ਹੁੰਦੇ ਨੇ ਆਉਣ ਵਾਸਤੇ ਕਿ ਅਸੀਂ ਇਸ ਗੇਮ ਫੀਲਡ 'ਚ ਪਹੁੰਚਣਾ ਹੈ। ਸੌਕਰ ਵਾਲੇ ਬੱਚੇ ਇੱਧਰ ਵਾਲੀਬਾਲ ਵੀ ਖੇਡੀ ਜਾਂਦੀ ਹੈ, ਇਸ ਤੋਂ ਇਲਾਵਾ ਹੋਰ ਗੇਮਾਂ ਜਿਹੜੀਆਂ ਇੱਥੇ ਲੱਗਦੀਆਂ ਹਨ ਰਨਿੰਗ ਦੀ ਔਰ ਹਰ ਤਰ੍ਹਾਂ ਦੀ ਗੇਮ ਜਿਹੜੀ ਇੱਥੇ ਖੇਡੀ ਜਾਂਦੀ ਆ ਉਹਦੇ ਵਾਸਤੇ ਹਮੇਸ਼ਾ ਉਤਸ਼ਾਹਿਤ ਰਹਿੰਦੇ ਨੇ ਨੌਜਵਾਨ ਔਰ ਬੱਚੇ ਦੋਨੋਂ ਹੀ ਉਤਸ਼ਾਹਿਤ ਰਹਿੰਦੇ ਨੇ ਇੱਥੇ। ਇੱਥੇ ਇਸ ਤੋਂ ਇਲਾਵਾ ਯੋਗਾ ਕਰਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕੋਈ ਸਰਵਾਈਕਲ ਦੀ ਪ੍ਰੋਬਲਮ ਹੈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਯੋਗਾ ਜਿਹੜੀਆਂ ਔਰਤਾਂ ਨੇ ਇੱਥੇ ਆ ਕੇ ਯੋਗਾ ਵਗੈਰਾ ਵੀ ਕਰਦੀਆਂ ਨੇ। ਔਰ ਇਸ ਤੋਂ ਇਲਾਵਾ ਸਰਦਾਰ ਗੁਰਚਰਨ ਸਿੰਘ ਢਿੱਲੋਂ ਵੱਲੋਂ ਚਲਾਇਆ ਇਹ ਪ੍ਰੋਗਰਾਮ ਨੇਪਰੇ ਚੜ੍ਹ ਰਿਹਾ, ਇਸ ਨੂੰ ਇਹਦੇ ਵਿੱਚ ਯੋਗਦਾਨ ਪਾ ਰਹੇ ਨੇ ਸਾਡੇ ਵੀਰ ਜੀ ਸਰਦਾਰ ਸਿੱਧੂ ਸਾਹਿਬ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਜ਼ਿਆਦਾ ਲੰਮਾ ਨਾ ਲੈਂਦਾ ਹੋਇਆ ਮੈਂ ਇਸੇ ਨਾਲ ਹੀ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਾਡੀ ਜਿਹੜੀ ਸਿੱਖ ਕੌਮ ਆ ਉਹਦੇ ਸਭ ਤੋਂ ਵੱਡੀ ਜਿਹੜੀ ਲੋੜ ਇਹ ਹੈਗੀ ਆ ਕਿ ਆਪਾਂ ਜਿਹੜੇ ਬੱਚਿਆਂ ਦੀ ਸਾਡੀ ਪਨੀਰੀ ਆ ਉਹਨਾਂ ਨੂੰ ਸਾਂਭਣਾ, ਅਤੇ ਉਹਨਾਂ ਨੂੰ ਸਾਂਭ ਆਪਾਂ ਤਾਂ ਹੀ ਸਕਦੇ ਹਾਂ ਜੇ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਹੋਰ ਨਾ ਮਾੜਿਆਂ ਕੰਮਾਂ ਤੋਂ ਦੂਰ ਰੱਖੀਏ। ਅਤੇ ਉਹਦੇ ਵਾਸਤੇ ਜੋ ਸਪੋਰਟਸ ਹੈ ਅਤੇ ਕਲਚਰ ਕੰਮ ਹੈ ਇਹ ਦੋ ਸਪੋਰਟਸ ਜਾਂ ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਸਪੋਰਟਸ ਨਾਲ ਜੁੜਨ, ਜਦੋਂ ਸਪੋਰਟਸ ਨਾਲ ਜੁੜਨਗੇ ਤਾਂ ਫਿਰ ਉਹ ਬਾਕੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਗੇ। ਸੋ ਇਹਦੇ ਵਾਸਤੇ ਸਾਡੇ ਇਲਾਕੇ ਦੇ ਗੁਰਚਰਨ ਸਿੰਘ ਢਿੱਲੋਂ ਜੋ ਕਿ ਆਪ ਇੱਕ ਬਲੇ ਭਲਵਾਨ ਰਹੇ ਨੇ, ਸੋ ਉਹਨਾਂ ਨੇ ਯਤਨ ਕੀਤਾ ਕਿ ਆਪਾਂ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ। ਤੋ ਪਿਛਲੇ 8-10 ਸਾਲ ਤੋਂ ਉਹ ਬਕਾਇਦਾ ਹਰ ਸਾਲ ਕੈਂਪ ਲਾਉਂਦੇ ਨੇ ਔਰ ਉਹਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਦੇ ਨੇ ਕਿ ਉਹ ਖੇਡਾਂ ਵਿੱਚ ਹਿੱਸਾ ਲੈਣ। ਤੋ ਇਸ ਸਾਲ ਵੀ ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਸੀ ਖਰਾਬ ਹੋਣ ਕਰਕੇ ਉਹ ਆਪ ਨਹੀਂ ਹਿੱਸਾ ਲੈ ਸਕੇ, ਪਰ ਉਹਨਾਂ ਦੀ ਥਾਂ 'ਤੇ ਸਰਦਾਰ ਗੁਰਦੀਪ ਸਿੰਘ ਸਿੱਧੂ ਜੋ ਉਹਨਾਂ ਦੇ ਬੜੇ ਕਲੋਜ ਉਹਨਾਂ ਦੇ ਦੋਸਤ ਨੇ, ਸੋ ਉਹਨਾਂ ਨੇ ਯਤਨ ਕੀਤਾ ਔਰ ਬਾਕੀ ਜਿਹੜੇ ਪਤਵੰਤੇ ਸੱਜਣ ਹੈਗੇ ਇਲਾਕੇ ਦੇ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਸਾਥ ਦੇ ਨਾਲ ਇਹ ਕੈਂਪ ਸ਼ੁਰੂ ਹੋਇਆ ਅਤੇ ਅੱਜ ਇਸ ਕੈਂਪ ਦਾ ਆਖਰੀ ਦਿਨ ਆ। ਅਤੇ ਅਸੀਂ ਬਹੁਤ ਇੱਕ ਵਾਰੀ ਬਹੁਤ ਸਾਰੇ ਜਿਹੜੀ ਕਮਿਊਨਿਟੀ ਹੈ ਔਰ ਗੁਰਦੀਪ ਸਿੰਘ ਨੂੰ ਸਾਰੇ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਸਫਲਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਿਰੇ ਚਾੜਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ। ਸਾਡੇ ਇੱਥੇ ਆਪਣੇ ਜਿਹੜਾ ਕਲੱਬ ਹੈਗਾ ਐਵਰੀ ਈਅਰ ਜਿੱਦਾਂ ਸੈਲੀਬ੍ਰੇਸ਼ਨ ਕਰਦੇ ਆ, ਸੋ ਇਟਸ ਗੁੱਡ ਕਿ ਆਪਣੇ ਬੱਚੇ ਅਤੇ ਯੂਥ ਸਾਰੇ ਇੱਥੇ ਇੰਗੇਜ ਹੁੰਦੇ ਆ ਕਮਿਊਨਿਟੀ ਦੇ ਵਿੱਚ, ਸੋ ਚੰਗਾ ਲੱਗਦਾ ਆ। ਆਪਣੇ ਬਜ਼ੁਰਗ ਵੀ ਇੱਥੇ ਆ ਕੇ ਯੂਨੋ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਆ, ਸੋ ਮੈਂਟਲ ਹੈਲਥ ਦੀ ਵੀ ਥੋੜ੍ਹੀ ਸਪੋਰਟ ਮਿਲਦੀ ਆ ਉਹਨਾਂ ਨੂੰ। ਸੋ ਆਈ ਥਿੰਕ ਇਟਸ ਅ ਗ੍ਰੇਟ ਐਫਰਟ ਅਤੇ ਹਰੇਕ ਸਾਲ ਹੀ ਕਰਦੇ ਆ, ਸੋ ਅੱਜ ਲਾਸਟ ਆ। ਸੋ ਇਹ ਵਧੀਆ ਲੱਗਦਾ ਦੇਖ ਕੇ ਆਪਣੀ ਕਮਿਊਨਿਟੀ ਨੂੰ ਇੱਦਾਂ ਇਕੱਠੇ ਹੋਏ। ਸੋ ਇਹਦੇ ਨਾਲ ਹੀ ਯੂਨੋ ਇਹਨਾਂ ਸਾਰਿਆਂ ਦਾ ਔਰਗਨਾਈਜ਼ਰਸ ਦਾ ਥੈਂਕ ਯੂ ਸੋ ਮੱਚ ਅਤੇ ਤੁਹਾਡਾ ਵੀ ਸਾਰਿਆਂ ਦਾ ਆਉਂਦਾ। ਥੈਂਕ ਯੂ। ਹਾਂਜੀ, ਪਹਿਲਾਂ ਤਾਂ ਬਿਲਕੁਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਟਾਈਮ ਕੱਢ ਕੇ ਸੁਣਦੇ ਰਹੇ ਆ। ਅਤੇ ਬਾਕੀ ਇੱਥੇ ਜਿਹੜਾ ਕਮਿਊਨਿਟੀ ਦਾ ਆਹ ਮੇਲਾ ਚੱਲ ਰਿਹਾ ਜਾਂ ਖੇਡਾਂ ਦਾ ਕੈਂਪ ਚੱਲ ਰਿਹਾ, ਇਹ ਬਹੁਤ ਹੀ ਖੁਸ਼ੀ ਦੀ ਗੱਲ ਆ। ਇਹਨਾਂ ਦੇ ਸੱਚੀ ਮੈਂ ਤੁਹਾਨੂੰ ਦੱਸਾਂ ਤਾਂ ਗੁਰਚਰਨ ਸਿੰਘ ਢਿੱਲੋਂ ਸਾਹਿਬ ਹੈ ਜਿਹੜੇ ਸਾਡੇ ਵੱਡੇ ਭਰਾਈ, ਉਹੀ ਸਾਰੇ ਇਹਨਾਂ ਦੇ ਹੱਕਦਾਰ ਆ। ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਬਹੁਤ ਸਾਲਾਂ ਤੋਂ ਉਹ ਇਹੋ ਕੰਮ ਕਰ ਰਹੇ ਆ ਅਤੇ ਅਸੀਂ ਵੀ ਪਾਰਟੀਸਪੇਟ ਕਰ ਰਹੇ ਹਾਂ ਜਿੰਨਾ ਕੁ ਸਾਨੂੰ ਮਿਲਦਾ ਹੈ, ਅਤੇ ਪਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਜੋ ਬੱਚਿਆਂ ਦਾ 14ਵਾਂ ਪ੍ਰੋਗਰਾਮ ਹੋ ਰਿਹਾ ਖੇਡ ਮੇਲਾ, ਇਹ ਬਹੁਤ ਹੀ ਅੱਛੀ ਗੱਲ ਹੈ ਅਤੇ ਇੱਦਾਂ ਦੇ ਪ੍ਰੋਗਰਾਮ ਹਰ ਕਮਿਊਨਿਟੀ 'ਚ ਹੋਣੇ ਚਾਹੀਦੇ ਆ। ਅਤੇ ਮੈਂ ਤਾਂ ਇਹ ਰੱਬ ਅੱਗੇ ਅਰਦਾਸ ਕਰਦਾ ਬਈ ਕਿ ਜਿੱਦਾਂ 2 ਮਹੀਨੇ ਚੱਲਦਾ ਇਹਨੂੰ ਸਾਨੂੰ ਕੋਈ ਸਾਨੂੰ ਸਟੇਡੀਅਮ ਲੈ ਕੇ ਕਿਰਾਏ 'ਤੇ ਉੱਥੇ ਜਿੱਦਾਂ ਸਰਦੀਆਂ ਹੁੰਦੀਆਂ ਉਦੋਂ ਵੀ ਚੱਲਣਾ ਹੀ ਚਾਹੀਦਾ ਸਾਰਾ ਸਾਲ ਹੀ, ਜਿਹਦੇ ਨਾਲ ਬੱਚਿਆਂ ਦਾ ਵੀ ਮਨੋਰੰਜਨ ਹੁੰਦਾ ਰਹਿੰਦਾ ਅਤੇ ਜਿਹੜੇ ਸਾਡੇ ਓਲਡ ਲੋਕ ਨੇ
ਜਾਂ ਅਸੀਂ ਵੀ ਹੁਣ ਓਲਡ ਹੀ ਹੋ ਰਹੇ ਹਾਂ ਅਤੇ ਸਾਡੇ ਲਈ ਵੀ ਆਪਣੇ ਵਧੀਆ ਇਹ ਮਨੋਰੰਜਨ ਦਾ ਸਾਧਨ ਹੈ, ਨਾਲੇ ਬੰਦੇ ਤੌਰ ਬੱਚੇ ਐਕਸਰਸਾਈਜ਼ ਕਰਦੇ ਨੇ, ਇਹ ਬਹੁਤ ਵਧੀਆ, ਇਹਦੇ ਨਾਲ ਮੇਲ ਮਿਲਾਪ ਵੀ ਵੱਧਦੇ ਨੇ ਅਤੇ ਇਸੇ ਤਰ੍ਹਾਂ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਪ੍ਰੋਗਰਾਮ ਚੱਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਇੱਥੇ ਅੱਜ ਇਕੱਠੇ ਹੋਏ ਹਾਂ ਜੀ ਕੈਂਟ ਦੇ ਵਿੱਚ ਬੱਚਿਆਂ ਦੇ ਪ੍ਰੋਗਰਾਮ 'ਤੇ। ਬਹੁਤ ਹੀ ਵਧੀਆ ਉਪਰਾਲਾ ਆ ਜੀ ਅਤੇ ਬਹੁਤ ਵਧੀਆ ਚੱਲ ਰਿਹਾ ਜੀ। ਬਾਕੀ ਬੱਚਿਆਂ ਨੂੰ ਸਿਹਤ ਪੱਖੋਂ ਜਿੱਦਾਂ ਬੱਚੇ ਘਰ ਬੈਠੇ ਟੀ ਵੀ ਦੇਖਦੇ ਰਹਿੰਦੇ ਆ ਜਾਂ ਸੈੱਲ ਫੋਨਾਂ ਦੇ ਲੱਗੇ ਰਹਿੰਦੇ ਆ ਅਤੇ ਬੱਚਿਆਂ ਨੂੰ ਕੋਈ ਐਕਟੀਵਿਟੀ ਨਹੀਂ ਹੁੰਦੀ, ਇਹ ਬਹੁਤ ਵਧੀਆ ਉਪਰਾਲਾ ਆ ਕਿ ਬੱਚੇ ਇੱਥੇ ਆ ਕੇ ਅਤੇ ਆਪਣੀ ਐਕਟੀਵਿਟੀ ਕਰਦੇ ਆ, ਕਸਰਤ ਕਰਦੇ ਆ, ਨਾਲੇ ਬੱਚੇ ਜੋ ਆਪਣੀ ਕਮਿਊਨਿਟੀ ਆ ਆਪਣੇ ਬੱਚੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਅਤੇ ਬੱਚਿਆਂ ਦਾ ਆਪਸ ਵਿੱਚ ਮਿਲਣ ਵਰਤਣ ਹੁੰਦਾ ਆ ਪੰਜਾਬੀ ਕਮਿਊਨਿਟੀ ਦੇ ਨਾਲ ਅਤੇ ਬਹੁਤ ਹੀ ਵਧੀਆ ਉਪਰਾਲਾ ਜੀ ਅਤੇ ਇਹ ਹਰ ਸਾਲ ਹੋਣਾ ਚਾਹੀਦਾ ਅਤੇ ਹਮੇਸ਼ਾ ਹੁੰਦਾ ਰਹਿਣਾ ਚਾਹੀਦਾ ਜੀ। ਅੱਜ ਆਪਾਂ ਕੈਂਟ ਆਏ ਹਾਂ ਜੀ, ਸਮਰ ਕੈਂਪ ਦੀ ਸਮਾਪਤੀ ਆ, ਲਾਸਟ ਦਿਨ ਆ ਇਹ ਢਿੱਲੋਂ ਸਾਹਿਬ ਸਿੱਧੂ ਸਾਹਿਬ ਅਤੇ ਨਾਲ ਭਾਈ ਪਿੰਟੂ ਬਾਠ ਉਹਨਾਂ ਨੇ ਇਹਨਾਂ ਨੇ 15 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਔਰ ਬੜਾ ਵਧੀਆ ਉਪਰਾਲਾ। ਅੱਜ ਦਿਨੇ ਵੀ ਗੱਲ ਕਰਦੇ ਸੀਗੇ ਕਿ ਇਹਨਾਂ ਨੇ ਅੱਧੇ ਤੋਂ ਵੱਧ ਕੈਂਟ ਫਿੱਟ ਕਰਤਾ, ਬੱਚਿਆਂ ਤੋਂ ਸ਼ੁਰੂ ਹੋਈ ਸੀ ਇਹ ਜਿਹੜੀ ਸ਼ੁਰੂਆਤ ਜਿਹੜੀ ਆ, ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ 3 ਮਹੀਨੇ ਨੇ ਲਗਾਤਾਰ ਹਰ ਵੀਕਐਂਡ 'ਤੇ ਸੈਟਰਡੇ ਇਹ ਇੱਥੇ ਹਾਜ਼ਰੀ ਲਗਾਉਂਦੇ ਆ ਔਰ ਤੁਸੀਂ ਇਹ ਬੜੀ ਵੱਡੀ ਡੈਡੀਕੇਸ਼ਨ ਆ। ਇਹ 3 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਸੇ ਵੀ ਆਪਣੇ ਪਰਸਨਲ ਪ੍ਰੋਗਰਾਮ 'ਤੇ ਕਿਸੇ ਫੰਕਸ਼ਨ 'ਤੇ ਨਹੀਂ ਜਾਣਾ ਹੁੰਦਾ, ਉਹ ਸਕਿੱਪ ਕਰਦੇ ਆ ਪਰ ਇੱਥੇ ਹਾਜ਼ਰੀ ਲਗਵਾਉਂਦੇ ਆ। ਤੁਸੀਂ ਦੇਖੋ ਅੱਜ ਕੱਟ ਕੇ ਨਾ ਸ਼ੁਰੂਆਤ ਹੋਈ ਆ, ਮੇਰਾ ਖਿਆਲ ਵੀ 10-15 ਦੀ ਗਿਣਤੀ ਦੇ ਵਿੱਚ ਬੱਚੇ ਇੱਥੇ ਆਉਣੇ ਸ਼ੁਰੂ ਹੋਏ ਆ ਔਰ ਅੱਜ ਇਸ ਵੇਲੇ ਤੁਸੀਂ ਕੈਂਟ ਰੈਂਟਨ ਸਾਰੇ ਜਿਹੜੇ ਹੈਗੇ ਨੇ ਜਿੰਨੇ ਵੀ ਇੱਥੋਂ ਦੀ ਯੰਗ ਜਨਰੇਸ਼ਨ ਹੈਗੀ ਆ ਉਹ ਆ ਕੇ ਇਹ ਨਸ਼ਿਆਂ ਤੋਂ ਦੂਰ ਰੱਖਣ ਦਾ ਬੜਾ ਵਧੀਆ ਇਹ ਇੱਕ ਇਹਨਾਂ ਦਾ ਡਿਸੀਜਨ ਸੀ ਔਰ ਇਹ ਕਾਮਯਾਬ ਹੋਇਆ। ਅੱਜ ਅਸੀਂ ਕੈਂਟ ਦੇ ਵਿੱਚ ਪਹੁੰਚੇ ਹਾਂ ਅਤੇ ਢਿੱਲੋਂ ਸਾਹਿਬ ਅਤੇ ਸਿੱਧੂ ਸਾਹਿਬ ਭਾਈ ਪਿੰਟੂ ਬਾਠ ਉਹਨਾਂ ਨੂੰ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਤਕਰੀਬਨ 14 ਸਾਲ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਜਿਹੜਾ ਹਰ ਸਮਰ ਦੇ ਵਿੱਚ ਮਤਲਬ ਜਵਾਕਾਂ ਦੀਆਂ ਖੇਡਾਂ ਹੁੰਦੀਆਂ ਅਤੇ ਅੱਜ ਉਹਦੀ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ। ਬਹੁਤ ਬਹੁਤ ਵਧਾਈ ਦੇ ਪਾਤਰ ਆ ਸਾਡੇ ਵੱਡੇ ਭਾਈ ਪਿੰਟੂ ਬਾਠ ਅਤੇ ਢਿੱਲੋਂ ਸਾਹਿਬ ਅਤੇ ਭਾਈ ਗੁਰਦੀਪ ਸਿੱਧੂ ਸਾਹਿਬ। ਅੱਜ ਆਪਾਂ ਇਕੱਠੇ ਹੋਏ ਹਾਂ ਕੈਂਟ ਦੇ ਵਿਲਸਨ ਫੀਲਡ ਵਿਖੇ ਅਤੇ ਇੱਥੇ ਅੱਜ ਜਿਹੜਾ ਖੇਡ ਮੇਲਾ ਸਾਡਾ ਸਮਰ ਖੇਡ ਮੇਲਾ ਹੁੰਦਾ ਕੈਂਟ ਦਾ ਅਤੇ ਉਹਦੀ ਅੱਜ ਸਮਾਪਤੀ ਆ ਅਤੇ ਸੰਗਤ ਹੋਮਾ ਮਾ ਪੁੱਜੀ ਆ। ਸੋ ਧੰਨਵਾਦ ਢਿੱਲੋਂ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕੀਤਾ ਸੀਗਾ, ਸਿੱਧੂ ਸਾਹਿਬ ਦਾ, ਸਾਰੀ ਸੰਗਤ ਦਾ ਸਿਆਟਲ ਦਾ ਜਿਨ੍ਹਾਂ ਨੇ ਇਹ ਜਿਹੜਾ ਸੀਗਾ ਸਪੋਰਟਸ ਮੇਲਾ ਪੂਰੇ ਢੰਗ ਨਾਲ ਚਲਾਇਆ। ਸੋ ਮਹਾਰਾਜ ਕਿਰਪਾ ਕਰੇ ਅਗਲੇ ਸਾਲ ਵੀ ਇਸ ਤਰ੍ਹਾਂ ਮੇਲਾ ਚੱਲੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਜ ਸਾਡਾ ਲਾਸਟ ਡੇ ਆ ਕਲੋਜ਼ਿੰਗ ਸੈਰੇਮਨੀ ਆ ਕੈਂਪ ਦੀ, 2 ਮਹੀਨੇ ਕੈਂਪ ਚੱਲਿਆ ਅਤੇ ਬਹੁਤ ਵਧੀਆ ਬੱਚੇ ਆਏ ਆ, ਲੋਕਾਂ ਨੇ ਬੱਚਿਆਂ ਨੇ ਬੜਾ ਇੰਟਰਸਟ ਨਾਲ ਭਾਗ ਲਿਆ ਖੇਡਾਂ 'ਚ। ਸੌਕਰ ਅਤੇ ਫਿਟਨੈਸ ਵਾਸਤੇ ਜ਼ਿਆਦਾ ਜ਼ੋਰ ਦਿੰਦੇ ਰਹੇ ਸਾਡੇ ਕੋਚ, ਸਾਰੇ ਕੋਚ ਵਲੰਟੀਅਰ ਕਰਕੇ ਕੰਮ ਕਰ ਰਹੇ ਆ, ਕੋਈ ਪੈਸਾ ਨਹੀਂ ਹੁੰਦਾ ਅਤੇ ਸਾਰੇ ਵਲੰਟੀਅਰ ਤੌਰ 'ਤੇ ਸੇਵਾ ਕਰ ਰਹੇ ਆ। ਇੱਦਾਂ ਪੀ ਜੀ ਏ ਵਾਲੇ ਦਾਨੀ ਸੱਜਣ ਜਿਹੜੇ ਹੈਗਾ ਉਹਨਾਂ ਦਾ ਮਾਨ ਸਨਮਾਨ ਕਰਨਾ, ਉਹਨਾਂ ਨੇ ਸਾਨੂੰ ਵੱਧ ਚੜ੍ਹ ਕੇ ਸੇਵਾ ਹੌਸਲਾ ਅਫਜਾਈ ਕੀਤੀ ਆ ਅਤੇ ਬਹੁਤ ਵਧੀਆ ਕੈਂਪ ਚੱਲਿਆ 2 ਮਹੀਨੇ। ਮੇਰੇ ਕੋਲ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਬੈਠੀਆਂ ਨੇ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਵਾਰੀ ਦੱਸੋ ਕਿੰਨੇ ਚਾਹੀਦੇ ਆ, ਸਾਰੇ ਅਸੀਂ ਇਕੱਲੇ ਦੇ ਦਿਆਂਗੇ। ਮੈਨੂੰ ਮਾਣ ਹੈ ਇਸ ਗੱਲ ਦਾ, ਉਹ
ਬੜੇ ਸਾਡੇ ਸਤਿਕਾਰਯੋਗ ਨੇ। ਅਸੀਂ ਇਕੱਲੇ ਇਕੱਲੇ ਕੋਲੋਂ ਲੈਣ ਦੀ ਬਜਾਏ ਵੰਡ ਵੰਡ ਕੇ ਸਾਰਿਆਂ ਕੋਲੋਂ ਹਿੱਸਾ ਲਿਆ ਕਿ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਅਤੇ ਸਾਰੇ ਇਹਦੇ ਭਾਈਵਾਲ ਬਣਨ। ਜਿਨ੍ਹਾਂ ਨੇ ਬਹੁਤ ਵੱਡੀ ਰਕਮ ਦਿੱਤੀ ਹੈ ਉਹਨਾਂ ਦਾ ਵੀ ਸਤਿਕਾਰ ਹੈ, ਜਿਨ੍ਹਾਂ ਨੇ ਘੱਟ ਦਿੱਤੀ ਹੈ ਉਹਨਾਂ ਦਾ ਵੀ, ਉਹਨਾਂ ਦੀ ਸਮਰੱਥਾ ਮੁਤਾਬਕ ਸਾਡੇ ਕੋਲ ਯੋਗਦਾਨ ਆਇਆ ਹੈ, ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ। ਸਾਡੇ ਬੱਚੇ, ਛੋਟੇ ਬੱਚੇ ਖੇਡ ਕੇ ਆਏ ਨੇ। ਮੇਰੀ ਬੇਨਤੀ ਹੈ ਕੋਚਿਸ ਨੂੰ, ਜੁਗਰਾਜ ਸਿੰਘ ਛੋਟੇ ਬੱਚਿਆਂ ਦੇ ਕੋਚਿਸ ਨੇ, ਉਹਨਾਂ ਦੇ ਰਿਜ਼ਲਟ ਜਿਹੜੇ ਨੇ ਪਹੁੰਚ ਚੁੱਕੇ ਨੇ, ਫਸਟ ਸੈਕਿੰਡ ਔਰ ਥਰਡ, ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਸੱਦ ਕੇ ਵਿਕਟਰੀ ਸਟੈਂਡ 'ਤੇ ਬੁਲਾ ਕੇ ਇਹਨਾਂ ਦੇ ਗਲਾਂ ਵਿੱਚ ਇਹਨਾਂ ਦੀ ਜਿੱਤ ਦੇ ਨਿਸ਼ਾਨ ਪਾਏ ਜਾਣ। ਅੱਜ ਦੀ ਇਹ ਜਿੱਤ ਜੋ ਮਹਿਸੂਸ ਕਰਨਗੇ, ਵੱਡੇ ਹੋ ਕੇ ਸਤਿਗੁਰੂ ਮਿਹਰ ਕਰੇ ਇਹ ਵੱਡੀਆਂ ਜਿੱਤਾਂ ਦੀ ਪ੍ਰਾਪਤੀ ਕਰ ਸਕਦੇ ਆ। ਇਸੇ ਤਰ੍ਹਾਂ ਇਹਨਾਂ ਦੀ ਹੌਸਲਾ ਅਫਜਾਈ ਕਰਦੇ ਰਹੀਏ। ਪੱਕੀ ਡਿਊਟੀ ਲੱਲੀ ਵੀ ਭਾਵੇਂ 4 ਮਹੀਨੇ ਰੱਖੋ, ਗਰਾਊਂਡਾਂ ਮੇਰੀਆਂ ਨੇ, ਜਿੰਨਾ ਮਰਜ਼ੀ ਖਿਡਾਓ। ਔਰ ਮੈਂ ਇਹ ਅਰਦਾਸ ਕਰਦਾ ਕਿ ਸਤਿਗੁਰੂ ਇੰਨੀ ਸਾਨੂੰ ਸਾਰੀ ਕਮਿਊਨਿਟੀ ਨੂੰ ਹਿੰਮਤ ਬਖਸ਼ਿਸ਼ ਕਰੇ ਭਈ। ਉਹ ਮੈਨੂੰ ਪਤਾ ਪਰ ਉਹ ਹੈ ਨਹੀਂ ਇੱਥੇ, ਆ ਗਏ ਨੇ, ਠੀਕ ਆ ਜੀ। ਉਹ ਭਾਅ ਜੀ ਬੈਠੇ ਦੇ ਸਾਹਮਣੇ, ਭਾਅ ਜੀ ਘੱਟ ਆਉਂਦੇ ਹੋ, ਤੁਹਾਡਾ ਦਰਸ਼ਨ ਘੱਟ ਹੁੰਦਾ ਆ, ਪਰ ਹੁਣ ਤੁਹਾਨੂੰ ਸਜ਼ਾ ਇੱਕ ਹੋਰ ਲਾਉਣੀ ਆ ਵੀ ਤੁਹਾਨੂੰ ਆਉਣਾ ਵੀ ਪਿਆ ਕਰਨ ਤਾਂ ਕਿ ਪਛਾਣ ਤਾਂ ਬਣੇ। ਇਹ ਏਡੇ ਏਡੇ ਉਹ ਦਾਨੀ ਨੇ ਜਿਹੜੇ ਨਾਂ ਨਹੀਂ ਲਿਖਾਉਂਦੇ, ਚੁੱਪ ਕਰਕੇ ਚਲੇ ਜਾਂਦੇ ਆ, ਅਤੇ ਉਹ ਵੀ ਸਾਡੇ ਕੋਲ ਬੈਠੇ ਨੇ, ਅਸੀਂ ਉਹਨਾਂ ਦਾ ਮਾਣ ਸਨਮਾਨ ਜ਼ਰੂਰ ਕਰਾਂਗੇ ਅਤੇ ਇਹ ਇਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਬਹੁਤ ਵੱਡੇ ਮਰਾਤਬਿਆਂ 'ਤੇ ਉਹਨਾਂ ਨੇ ਸਾਡੀ ਪੰਜਾਬੀ ਕੌਮ ਦੀ ਸੇਵਾ ਕੀਤੀ ਹੈ, ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਆ ਕਿ ਉਹ ਅੱਜ ਹਾਜ਼ਰ ਨੇ। ਔਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡਾ ਛੋਟਾ ਜਿਹਾ ਇਹ ਫੰਕਸ਼ਨ ਹੈ ਜਿਹਦੇ ਵਾਸਤੇ ਏਡੇ ਏਡੇ ਵੱਡੀਆਂ ਮਰਾਤਬੇ ਵਾਲੇ ਲੋਕ ਜਿਹੜੇ ਨੇ, ਜਿਹੜੇ ਸਾਡੇ ਸਤਿਕਾਰਯੋਗ ਨੇ, ਉਹ ਪਹੁੰਚੇ ਹੋਏ ਨੇ। ਉਹਨਾਂ ਨੂੰ ਵੀ ਜੀ ਆਇਆਂ। ਉਹਨਾਂ ਦੇ ਨਾਲ ਸਾਡੇ ਕੋਲ ਸੈਸ਼ਨ ਕੋਰਟ ਦੇ ਜੱਜ ਨੇ, ਉਹ ਵੀ ਸਾਡੇ ਆਨਰ ਆਫ ਗੈਸਟ ਨੇ, ਸਰਦਾਰ ਜਸਜੀਤ ਸਿੰਘ ਜੀ ਪਿੰਡਰ। ਔਰ ਮੇਰੇ ਵਾਸਤੇ ਮੈਂ ਤੁਹਾਨੂੰ ਅੱਜ ਸਪੈਸ਼ਲ ਗੱਲ ਦੱਸਾਂ, ਹੋਰ ਖੁਸ਼ੀ ਦੀ ਗੱਲ ਹੈ, ਦੋਨੇ ਮੇਰੇ ਸ਼ਹਿਰ ਦੇ ਨੇ। ਪਰ ਤੁਸੀਂ ਮਖੌਲ ਕਰਦੇ ਜੇ ਮਾਝੇ ਵਾਲਿਆਂ ਨੂੰ ਵੀ ਪੜ੍ਹੇ ਲਿਖੇ ਨਹੀਂ ਗੇ, ਇਹ ਵੇਖ ਲਓ, ਇਹ ਇਹ ਗੱਲ ਝੂਠ ਤੇ ਸੱਚੀ ਨਹੀਂ ਗੀ। ਅਤੇ ਬਹੁਤ ਖੁਸ਼ੀ ਹੈ ਜੀ, ਆਏ ਨੇ ਸਾਡੇ ਕੋਲ, ਅਸੀਂ ਇਹਨਾਂ ਦਾ ਵੀ ਮਾਣ ਸਨਮਾਨ ਕਰਨਾ। ਹੁਣ ਮੈਂ ਬੇਨਤੀ ਕਰਦਾ ਹਾਂ ਕਿ ਆਪਣਾ ਕੋਚ ਸਾਹਿਬ, ਫਸਟ ਸੈਕਿੰਡ ਬੱਚਿਆਂ ਦਾ ਨਾਂ ਦੱਸੋ ਅਤੇ ਆਪਣਾ ਹੁੰਦਲ ਸਾਹਿਬ 'ਤੇ ਤੁਸੀਂ ਉਹਨਾਂ ਨੂੰ ਮੈਡਲ ਪਾ ਦਿਓ। ਏਕਮ ਸਿੰਘ 4-5 ਈਅਰ ਵਿੱਚ ਫਸਟ ਆਇਆ ਰੇਸਿੰਗ ਦੇ ਵਿੱਚ। ਥਰਡ ਰਹਿਮਤ ਕੌਰ 4-5 ਈਅਰ ਦੇ ਵਿੱਚ, ਰਹਿਮਤ ਕੌਰ। ਹਾਂਜੀ, ਇਹ 4-5 ਈਅਰ ਦੇ ਵਿੱਚ ਫਸਟ, ਸੈਕਿੰਡ ਐਂਡ ਥਰਡ ਅੱਜ ਦੇ ਰੇਸਿੰਗ ਦੇ ਵਿਨਰ ਸੀਗੇ ਅਤੇ ਇਹਨਾਂ ਨੂੰ ਅਸੀਂ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰ ਰਹੇ ਹਾਂ, ਉਹਨਾਂ ਦੇ ਕੋਚਸ। ਇਸ ਤੋਂ ਅੱਗੇ 6-7 ਈਅਰ ਜੋ ਰੇਸਾਂ ਹੋਈਆਂ ਵਾ, 6-7 ਈਅਰ, ਉਹਨਾਂ ਦੇ ਵਿੱਚ ਜਸਲੀਨ ਕੌਰ। ਸਤਿ ਸ਼੍ਰੀ ਅਕਾਲ।
ਇਸ ਤੋਂ ਅੱਗੇ 8 to 10 ਈਅਰ ਆਦਰਸ਼ ਸਿੰਘ ਥਰਡ, ਰੇਸਿੰਗ ਸੀਗੀ ਅੱਜ ਦੀ 8 to 10 ਈਅਰ। ਇਹਨਾਂ ਦੇ ਕੋਚਸ ਇਹਨਾਂ ਨੂੰ ਹੁਣ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰਨਗੇ ਅਤੇ ਕੋਚਸ ਦਾ ਵੀ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਟਾਈਮ 'ਤੇ ਆ ਕੇ ਇਹਨਾਂ ਦੇ ਅੱਜ ਦੇ ਕੰਪੀਟੀਸ਼ਨ ਕੰਪਲੀਟ ਕਰਾਏ ਆ। ਜਿਹੜੇ ਬੱਚੇ ਬੈਠੇ ਨੇ ਉਹਨਾਂ ਦਾ ਸਾਰਿਆਂ ਦਾ ਇਸੇ ਤਰ੍ਹਾਂ ਨਾਂ ਲਿਖਿਆ ਗਿਆ ਆ ਅਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਕੋਲ ਜਿਹੜੇ ਸਪਾਂਸਰਸ ਨੇ ਉਹਨਾਂ ਨੂੰ ਮਾਣ ਸਨਮਾਨ ਦੇਣ ਵਾਸਤੇ ਮੈਂ ਭਾਜੀ ਗਿੱਲ ਸਾਹਿਬ ਨੂੰ ਬੇਨਤੀ ਕਰਾਂਗਾ। ਇਹ ਸਾਡੇ ਚੀਫ ਗੈਸਟ ਨੇ ਜੀ ਅਤੇ ਆਓ ਇੱਥੇ ਆਉਣ ਸਾਡੇ ਕੋਲ ਅਤੇ ਅਸੀਂ ਸਰਦਾਰ ਸਤਵਿੰਦਰ ਸਿੰਘ ਸੰਧੂ ਅਤੇ ਅਮਰਪਾਲ ਸਿੰਘ ਕਾਲੋ, ਮੇਰੀ ਉਹਨਾਂ ਨੂੰ ਬੇਨਤੀ ਆ, ਇਹ ਲੰਬੇ ਸਮੇਂ ਤੋਂ ਬੱਚਿਆਂ ਨੇ ਜਿਹੜੀਆਂ ਕਿੱਟਾਂ ਪਾਈਆਂ ਨੇ ਇਹ ਦੋਨੇ ਵੀਰ ਆਪਣੇ ਵੱਲੋਂ ਹਰ ਸਾਲ ਸਪੋਂਸਰ ਕਰਦੇ ਨੇ ਅਤੇ ਇਸੇ ਤਰ੍ਹਾਂ ਸਾਡੀ ਵੀ ਡਿਊਟੀ ਬਣਦੀ ਆ ਕਿ ਇਹਨਾਂ ਦਾ ਮਾਣ ਸਨਮਾਨ ਕੀਤਾ ਜਾਵੇ। ਔਰ ਇਹਨਾਂ ਦੇ ਨਾਲ ਅੱਗੇ ਆ ਜਾਓ ਇੱਥੇ, ਇਹਨਾਂ ਦੇ ਨਾਲ ਮੇਰਾ ਖਿਆਲ ਜੇ ਹਰਸ਼ਿੰਦਰ ਸਿੰਘ ਸੰਧੂ ਮੈਨੂੰ ਲੱਗਦਾ ਆਏ ਨਹੀਂ, ਅਤੇ ਆਪਣਾ ਜਿਹੜੇ ਪੰਜਾਬ ਮੇਲ ਦੇ ਵਿੱਚ ਸਾਡੀ ਐਡ ਆਉਂਦੀ ਹੈ ਉਹਨਾਂ ਦਾ ਸਾਰਾ ਖਰਚਾ ਸਰਦਾਰ ਦਇਆਵੀਰ ਸਿੰਘ ਪਿੰਟੂ ਬਾਠ ਜੀ ਕਰਦੇ ਨੇ, ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਅੱਗੇ ਆ ਜਾਣ, ਲਾਗੇ ਹੀ ਨੇ। ਇਹ ਜਿਹੜੇ ਮੈਡਲ ਨੇ ਇਹ ਸਾਡੀ ਬੇਟੀ ਸੋਨੀਆ ਨੇ ਮੌਂਟਰੀਅਲ ਤੋਂ ਬਾਏ ਕੀਤੇ ਆ ਅਤੇ ਮੇਰੇ ਖਿਆਲ 'ਚ ਜੇ ਸੋਨੀਆ ਦੇ ਡੈਡੀ ਆ ਸਕਦੇ ਹੁਣ ਉਹ ਆ ਜਾਣ ਜਾਂ ਮੰਮੀ ਆ ਜਾਣ। ਅਤੇ ਮਨਜੀਤ ਸਿੰਘ ਸਾਡੇ ਇੰਸ਼ੋਰੈਂਸ ਕਰਦੇ ਨੇ ਸਾਰੇ ਬੱਚਿਆਂ ਦੀ ਹਰ ਸਾਲ ਤੋਂ, ਉਹ ਵੀ ਅੱਜ ਇੱਥੇ ਨਹੀਂ ਗਏ, ਕਿਸੇ ਮੈਰਿਜ 'ਤੇ ਗਏ ਨੇ, ਆ ਨਹੀਂ ਸਕੇ, ਪਰ ਮੈਨੂੰ ਉਹਨਾਂ ਕਿਹਾ ਸੀ ਕਿ ਮੇਰੀ ਬੇਟੀ ਆਏਗੀ, ਜੇ ਉਹਨਾਂ ਦੀ ਬੇਟੀ ਆਈ ਆ ਤਾਂ ਮੈਨੂੰ ਜ਼ਰੂਰ ਮਿਲੇ, ਔਰ ਜੇ ਨਹੀਂ ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਸਾਡਾ ਸੁਨੇਹਾ ਪਹੁੰਚੇਗਾ। ਇਹ ਚਿਰਾਂ ਤੋਂ ਜਦੋਂ ਤੋਂ ਅਸੀਂ ਲੱਗੇ ਹਾਂ ਜੀ ਉਦੋਂ ਤੋਂ ਸੰਧੂ ਸਾਹਿਬ, ਕਾਲੋ ਸਾਹਿਬ, ਬਾਠ ਸਾਹਿਬ, ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਸਭ ਤੋਂ ਉੱਤਮ ਰਹੀਆਂ ਨੇ ਅਤੇ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਤੁਰੇ ਰਹੇ ਨੇ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਵਾਂ ਦਾਨੀ ਸੱਜਣਾ ਨੂੰ, ਜਿਹੜਾ ਦੇ ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ, ਇੱਕ ਬੜਾ ਸਾਡੇ ਮਨ 'ਤੇ ਬੋਝ ਹੁੰਦਾ ਸੀ ਕਿ ਸਾਨੂੰ ਪਤਾ ਨਹੀਂ ਗਰਾਊਂਡ ਮਿਲਣੀ ਆ ਕਿ ਨਹੀਂ ਮਿਲਣੀ, ਇਹਨਾਂ ਨੇ ਪੂਰੀ ਜ਼ਿੰਮੇਵਾਰੀ ਸਾਂਭੀ ਆ ਔਰ ਕਦੇ ਆਉਂਦੇ ਵੀ ਨਹੀਂ, ਸਾਨੂੰ ਕਦੇ ਇਹਨਾਂ ਤਕਲੀਫ ਵੀ ਨਹੀਂ ਦਿੱਤੀ, ਅਸੀਂ ਸਗੋਂ ਕਿਤੇ ਸੇਵਾ ਕਰਨੀ ਚਾਹੁੰਦੇ ਹੁੰਦੇ ਹਾਂ ਕਿ ਭਾਅ ਜੀ ਦੂਰੋਂ ਨੇੜੇ ਆਉਂਦੇ ਰਹਿਣ, ਮਿਲਦੇ ਰਹਿਣ। ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ, ਤੁਹਾਡਾ ਯੋਗਦਾਨ, ਤੁਹਾਡੀਆਂ ਸੇਵਾਵਾਂ ਜਿਹੜੀਆਂ ਨੇ ਇਹ ਬੱਚੇ ਵੀ ਯਾਦ ਰੱਖਣਗੇ, ਅਸੀਂ ਵੀ ਯਾਦ ਰੱਖਾਂਗੇ, ਇੱਕ ਸਾਂਝੇ ਕਾਰਜ ਲਈ ਤੁਰੇ ਸਾਂ, ਤੁਸੀਂ ਸਾਡੀ ਰੱਜ ਕੇ ਸਪੋਰਟ ਕੀਤੀ ਹੈ। ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਖਹਿਰਾ, ਇਹ ਸਾਡੇ ਰੀਅਲ ਸਟੇਟਰ ਨੇ ਇੱਥੋਂ ਦੇ ਸਿਆਟਲ ਦੇ, ਮੇਰੇ ਬੜੇ ਸਤਿਕਾਰਯੋਗ ਵੱਡੇ ਭਰਾ ਨੇ, ਇਹਨਾਂ ਨੇ ਮੈਨੂੰ ਕਿਹਾ ਸੀ ਵੀ ਗੁਰਦੀਪ ਦੱਸ ਵੀ ਕੰਮ ਨਹੀਂ ਰੁਕਣਾ ਚਾਹੀਦਾ, ਮੈਨੂੰ ਹੁਕਮ ਕਰਿਆ ਕਰ, ਮੇਰੇ ਵੱਡੇ ਭਾਈ ਨੇ, ਮੈਂ ਬੇਨਤੀ ਤਾਂ ਕਰ ਸਕਦਾ, ਪਰ ਇਹਨਾਂ ਦੀਆਂ ਸੇਵਾਵਾਂ ਵੀ ਬਹੁਤ ਵੱਡੀਆਂ ਨੇ, ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉੱਥੇ ਹਾਜ਼ਰ ਹੁੰਦੇ ਆ। ਹੁਣ ਤੀਆਂ ਦਾ ਮੇਲਾ ਕਰਾਇਆ ਸੀ, ਮੈਂ ਫਿਰ ਇਹਨਾਂ ਨੂੰ ਰਿਕੁਐਸਟ ਕੀਤੀ ਅਤੇ ਇਹ ਸਭ ਤੋਂ ਪਹਿਲਾਂ ਉੱਥੇ ਹਾਜ਼ਰ ਹੋਏ ਨੇ। ਮੈਂ ਦਿਲੋਂ ਧੰਨਵਾਦ ਕਰਦਾ ਖਹਿਰਾ ਸਾਹਿਬ ਦਾ, ਜਿਹੜੇ ਸਾਡੀ ਇੱਕ ਵਾਰ ਅਤੇ ਦੋ ਵਾਰੀ ਤਿੰਨ ਵਾਰੀ ਚੱਲ ਕੇ ਆਉਂਦੇ ਨੇ, ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਨੇ।
ਇਸੇ ਤਰ੍ਹਾਂ ਇਹ ਤੰਦਰੁਸਤ ਮੁੰਡਿਆਂ ਵਾਂਗ ਰਹਿਣ, ਹੈ 80 ਸਾਲਾਂ ਦੇ ਕਰੀਬ ਨੇ ਪਰ ਲੱਗਦੇ ਨੌਜਵਾਨ ਬੱਚੇ। ਇਸੇ ਤਰ੍ਹਾਂ ਸੇਵਾ ਕਰਦੇ ਰਹਿਣ, ਕਮਾਈਆਂ ਵੱਧਦੀਆਂ ਜਾਣ, ਜਿਉਂ ਜਿਉਂ ਉਮਰ ਵੱਧ ਰਹੀ ਹੈ ਉਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ। ਇਹ ਦਰਸ਼ਨ ਹੋਏ ਉਹਨਾਂ ਦੇ, ਇਹ ਜਿੱਦਣ ਅਸੀਂ ਪਹਿਲੇ ਦਿਨ ਤੋਂ ਲੱਗੇ ਹਾਂ ਜੀ ਨਿੱਜਰ ਸਾਹਿਬ, ਉੱਧਣ ਤੋਂ ਹੀ ਸਾਡੇ ਨਾਲ ਨੇ। ਕਈ ਵਿੱਚੋਂ ਖਿਸਕ ਜਾਂਦੇ ਨੇ, ਕਈ ਮੁੜ ਕੇ ਆ ਜਾਂਦੇ ਆ, ਕਈ ਆਉਂਦੇ ਹੀ ਨਹੀਂ, ਪਰ ਭਾਅ ਜੀ ਸ਼ੁਰੂ ਤੋਂ ਨਾਲ ਰਹੇ ਨੇ। ਇਹ ਵੀ ਅੱਗੇ ਹੋ ਕੇ ਪਹਿਲੇ ਦਿਨ ਤੋਂ ਨਾਲ ਰਹਿੰਦੇ ਨੇ, ਸਾਰੀਆਂ ਸੇਵਾਵਾਂ ਮਾਈਕ ਪੱਖੋਂ ਵੀ ਕਰਦੇ ਆ, ਇਹ ਖਿਡਾਉਂਦੇ ਵੀ ਆ, ਬੱਚਿਆਂ ਨੂੰ ਆ ਕੇ ਹਾਜ਼ਰੀ ਵੀ ਦਿੰਦੇ ਆ। ਮੇਰੇ ਵੱਲੋਂ, ਮੇਰੀ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਮੈਂ ਅਰਦਾਸ ਕਰਦਾ ਵੀ ਹੋਟਲ ਛੇਤੀ ਨਾਲ ਇੱਕ ਅੱਧਾ ਹੋਰ ਲੈ ਲੈਣ, ਅਤੇ ਆਪਣੀ ਜਿਹੜੀ ਇਹ ਸੇਵਾ ਹੈ ਇਹਨਾਂ ਦੀ ਦੂਣੀ ਹੋ ਜਾਵੇ। ਸਰਦਾਰ ਹਰਦੇਵ ਸਿੰਘ ਜੱਜ ਸਾਡੇ ਬੜੇ ਸੀਨੀਅਰ ਨੇ, ਉਹ ਇੱਥੇ ਨਹੀਂ ਗਏ, ਇੰਗਲੈਂਡ ਗਏ ਹੋਏ ਆ। ਉਦੋਂ ਬਾਅਦ 'ਚ ਸਰਦਾਰ ਹਰਦੀਪ ਸਿੰਘ ਗਿੱਲ, ਇਹ ਇੱਥੇ ਹੀ ਨੇ, ਗਿੱਲ ਸਾਹਿਬ ਆਓ ਜੀ ਆਓ। ਇਹਨਾਂ ਦਾ ਵੀ ਹਮੇਸ਼ਾ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਵੀ ਸਾਥ ਸਾਡੇ ਨਾਲ ਰਿਹਾ। ਮਾਸਟਰ ਦਲਜੀਤ ਸਿੰਘ ਜੀ ਵੀ ਆਏ ਆ, ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ 2 ਮਿੰਟ ਆਉਣ, ਮੈਨੂੰ ਪਤਾ ਤੁਸੀਂ ਹੌਲੀ ਹੌਲੀ ਆਉਣਾ, ਪਰ ਆਓ ਜ਼ਰੂਰ। ਜਿੰਨੀ ਦੇਰ ਉਹ ਇੱਥੇ ਹੁਣ ਤੱਕ ਲੱਗਦੀ, ਉਨੀ ਦੇਰ ਨੋਟ ਪਾਈ ਜਾਇਆ ਕਰੋ ਜੇਬ ਦੇ ਵਿੱਚ। ਆ ਜਾਓ ਤੁਸੀਂ, ਆ ਦੋਵੇਂ ਭਰਾ ਇਕੱਠੇ ਖਲੋ, ਫੋਟੋ ਲਓ ਜੀ। ਇਹ ਦੋਨੇ ਬ੍ਰਦਰ ਨੇ ਜੀ, ਗਿੱਲ ਸਾਹਿਬ, ਇਹ ਵੀ ਗਿੱਲ ਨੇ। ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਡੂੰਘੀਆਂ ਸੇਵਾਵਾਂ ਨੇ ਦੋਨਾਂ ਵੀਰਾਂ ਦੀਆਂ। ਜਦੋਂ ਵੀ ਆਵਾਜ਼ ਮਾਰੀ ਦੀ ਉਸੇ ਵੇਲੇ ਆਉਂਦੇ ਆ ਅਤੇ ਸੇਵਾ ਵੀ ਕਰਦੇ ਆ। ਸਰਦਾਰ ਹੀਰਾ ਸਿੰਘ ਜੀ ਭੁੱਲਰ ਸਾਡੀ ਕਮਿਊਨਿਟੀ ਦੇ ਬੜੇ ਸਤਿਕਾਰਯੋਗ ਨੇ, ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਉਣਾ ਪੈਣਾ, ਮੈਂ ਇਸ ਤਰ੍ਹਾਂ ਨਹੀਂ ਸਰਨਾ। ਇਹਨਾਂ ਨੂੰ ਮੈਂ ਆਖਿਆ ਸੀ ਆਪਣੇ ਸਕੂਲ ਤੋਂ ਵੀ ਕਿਸੇ ਨੂੰ ਜਿਹੜੇ ਪੰਜਾਬੀ ਪੜ੍ਹਾਉਂਦੇ ਨੇ, ਇਹਨਾਂ ਮੈਨੂੰ ਭੈਣ ਜੀ ਰਣਜੀਤ ਕੌਰ ਦਾ ਨਾਂ ਦੱਸਿਆ। ਅਤੇ ਆਪਣਾ ਭੁੱਲਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤੁਹਾਡੀਆਂ ਵਧੀਆ ਸੇਵਾਵਾਂ ਨੇ। ਇਹਨਾਂ ਦੇ ਨਾਲ ਮੈਂ ਭੈਣ ਜੀ ਰਣਜੀਤ ਆਏ ਨੇ, ਮੈਨੂੰ ਪਛਾਣ ਘੱਟ ਹੈ। ਆ ਜਾਓ ਭੈਣ ਜੀ, ਆ ਜਾਓ। ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਜੇ, ਇਹਨਾਂ ਨਾਲੋਂ ਵੀ ਜ਼ਰੂਰੀ ਹੈ। ਮੈਂ ਦਿਲੋਂ ਧੰਨਵਾਦ ਕਰਦਾ ਔਰ ਅਰਦਾਸ ਕਰਦਾ ਕਿ ਜਿਹੜੇ ਕਾਰਜ 'ਚ ਤੁਰੇ ਨੇ ਕਾਮਯਾਬ ਹੋਣ, ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਣ। ਇਹ ਸਾਡੀ ਮਾਂ ਬੋਲੀ ਦੀ ਸੇਵਾ ਹੈ। ਜੇ ਅਸੀਂ ਕੋਈ ਮੇਲੇ ਮਨਾਉਂਦੇ ਹਾਂ, ਉਹ ਸਾਡੀ ਧਰਤੀ ਮਾਂ ਦੀ ਸੇਵਾ ਹੈ, ਇਹ ਸਾਡਾ ਸੱਭਿਆਚਾਰ ਹੈ, ਕਲਚਰ ਹੈ। ਅੱਜ ਜੇ ਤੁਰਾਂਗੇ, ਸਾਂਭਾਂਗੇ, ਅਤੇ ਗਾਂਹ ਸਾਡੇ ਬੱਚੇ ਵੀ ਤੁਰੇ ਰਹਿਣਗੇ। ਸਾਰਿਆਂ ਨੂੰ ਮੇਰੀ ਇਸੇ ਤਰ੍ਹਾਂ ਬੇਨਤੀ ਹੈ, ਹੁਮ ਹੁਮ ਆ ਕੇ ਆਪਣੇ ਕਲਚਰ ਨੂੰ, ਆਪਣੇ ਧਰਤੀ ਮਾਂ ਦੇ ਦਿੱਤੇ ਹੋਏ ਸ਼ਕਤੀ ਦੇ ਪਲ ਜਿਹੜੇ ਨੇ, ਉਹਨਾਂ ਦਾ ਯੋਗਦਾਨ ਸਵੀਕਾਰ ਕਰੀਏ। ਇਹਨਾਂ ਦੇ ਨਾਲ ਹੀ ਇਹ ਗਰੇਵਾਲ ਸਾਹਿਬ ਆਏ ਸੀਗੇ, ਮੈਨੂੰ ਮਿਲੇ ਆ, ਸਰਦਾਰ ਜਸਵਿੰਦਰ ਸਿੰਘ ਗਰੇਵਾਲ। ਇਹ ਵੀ ਸਾਡੇ ਬੜੇ ਪੱਕੇ ਹਮਦਰਦ ਨੇ, ਸ਼ੁਰੂ ਤੋਂ ਆਉਂਦੇ ਨੇ, ਬੜੀ ਸੇਵਾ ਕਰਦੇ ਨੇ, ਅਤੇ ਦਿਲੋਂ ਤੁਹਾਡਾ ਸ਼ੁਕਰੀਆ ਜੀ। ਇਹ ਸਾਰੇ ਜਿਹੜੇ ਸਾਂਝੇ ਕਾਰਜ ਨੇ ਕਮਿਊਨਿਟੀ ਦੇ, ਇਹ ਇਸੇ ਤਰ੍ਹਾਂ ਸਾਰਿਆਂ ਦਾ ਯੋਗਦਾਨ ਪਾਇਆ ਚੱਲਦੇ ਆ। ਤੁਸੀਂ ਪਾਉਂਦੇ ਹੋ, ਕਦੀ ਨਹੀਂ ਸੋਚਿਆ ਕਿ ਇਹ ਕਾਰਜ ਹੋਣੇ ਨਹੀਂ, ਬੜੀ ਗੁਰੂ ਦੀ ਕਿਰਪਾ ਆ। ਸੈਕੰਡ ਸਾਹਿਬ ਸਿੰਘ, ਥਰਡ ਹਰਬਿੰਦ ਸਿੰਘ, ਰੇਸਿੰਗ ਦੇ ਵਿੱਚ 8 to 10 ਈਅਰ, ਉਸ ਤੋਂ ਅੱਗੇ 11 to 12 ਈਅਰ ਦੇ ਵਿੱਚ, ਜਗਜੋਤ ਸਿੰਘ,
11 ਟੂ 12 ਈਅਰ ਵਿੱਚ ਜਗਜੋਤ ਸਿੰਘ ਫਸਟ, ਤਾੜੀਆਂ ਮਾਰਿਆ ਕਰੋ ਵੀ ਤਾੜੀਆਂ। ਸੈਕੰਡ ਪੰਜਾਬ ਸੋਕਰ ਗਰਲਸ ਦਾ ਇਹ ਮੁਕਾਬਲੇ ਹੋ ਸਕੇ, ਫਸਟ ਦੇ ਵਿੱਚ ਯੂ ਐਸ ਏ ਆਏ ਆ, ਸੈਕੰਡ ਪੰਜਾਬ ਸੋਕਰ ਗਰਲਸ ਨਵੇਂ ਨੀ ਸੋਕਰ ਵਾਲਿਓ ਵੇਟ ਕਰੋ ਜੀ ਥੋੜ੍ਹਾ ਜਿਹਾ, ਅਸੀਂ ਉਸ ਤੋਂ ਪਹਿਲਾਂ ਸਾਡੇ ਹੋਰ ਸਪੋਂਸਰ ਜਾਂ ਸੇਵਾਦਾਰਾਂ ਨੂੰ ਸਨਮਾਨਿਤ ਕਰਨਾ ਵਾ, ਸੋ ਸੋਕਰ ਵੇਟ ਕਰਨ ਥੋੜ੍ਹਾ ਜਿਹਾ। ਲਗਾਤਾਰ ਗਰਾਊਂਡ ਵਿੱਚ ਰਹੀ ਹੈ, ਮੈਂ ਇਹਨਾਂ ਦਾ ਧੰਨਵਾਦ ਕਰਦੇ ਹੋਇਆਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ ਖੜੋਤੇ ਰਹਿਣ। ਸਰਦਾਰ ਗੁਰਦੇਵ ਸਿੰਘ ਜੀ ਸਮਰਾ ਅਤੇ ਗੁਰਪ੍ਰੀਤ ਸਿੰਘ ਬਾਕਸਿੰਗ ਵਾਲੇ ਅਤੇ ਯੋਗਰਾਜ ਸਿੰਘ, ਅਤੇ ਮੈਂ ਭੈਣ ਜੀ ਸਤਿੰਦਰ ਨੂੰ ਬੇਨਤੀ ਕਰਦਾ ਜੇ ਉਹ ਇੱਥੇ ਹੋਣ ਅਤੇ ਉਹ 2 ਮਿੰਟ ਲਈ ਸਟੇਜ 'ਤੇ ਜ਼ਰੂਰ ਆਉਣ। ਇਹ ਸਾਰੇ ਵਲੰਟੀਅਰਸ ਉਹ ਨੇ ਜਿਨ੍ਹਾਂ ਨੇ ਬੱਚਿਆਂ ਨੂੰ 2 ਮਹੀਨੇ ਲਗਾਤਾਰ ਖਿਡਾਇਆ, ਅਤੇ ਭੈਣ ਜੀ ਜਿਹੜੇ ਨੇ ਇਹ ਸਾਡੀ ਕਮਿਊਨਿਟੀ ਦੀ ਬੜੀ ਚਿਰਾਂ ਤੋਂ ਸੇਵਾ ਕਰ ਰਹੇ ਨੇ, ਸਾਡੇ ਕੌਂਸਲ ਮੈਂਬਰ ਵੀ ਰਹੇ ਨੇ, ਔਰ ਅਗਾਂਹ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਤਗੜੇ ਹੋ ਕੇ ਵੋਟਾਂ ਪਾਇਆ ਕਰੋ, ਇਹ ਹੋਰ ਵੱਡੀ ਜਿੱਤ ਪ੍ਰਾਪਤ ਕਰਨ ਤਾਂ ਕਿ ਅਸੀਂ ਪੋਲੀਟੀਕਲੀ ਵੀ ਕੁਛ ਅੱਗੇ ਆ ਸਕੀਏ। ਮੈਂ ਵੈਸੇ ਗੁਰਚਰਨ ਸਿੰਘ ਅਤੇ ਲੋਹਣੀ ਜੇ ਲਾਗੇ ਹੋਣ ਤਾਂ ਮੈਂ ਕਹਿਣਾ ਕਿ ਇਹਨਾਂ ਦੇ ਵਿੱਚ ਆ ਜਾਣ, ਆ ਜਾਓ ਵਟਸਐਪ ਫੜ ਲਿਓ। ਸਰਬਜੀਤ ਝੱਲੀ ਅਸੀਂ ਮਿਸ ਕਰ ਰਹੇ ਹਾਂ, ਉਹਨਾਂ ਨੂੰ ਸਾਡੇ ਵੱਡੇ ਸੇਵਾਦਾਰ ਨੇ, ਉਹ ਇੰਡੀਆ ਗਏ ਆ। ਇਹ ਸੁਖਪ੍ਰੀਤ ਸਿੰਘ ਮੱਲੀ, ਰਾਜਵੀਰ ਸਿੰਘ ਖਹਿਰਾ, ਇਹ ਖਹਿਰਾ ਸਾਹਿਬ ਵੀ ਆਏ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆ ਜਾਣ। ਤੁਸੀਂ ਬੈਠੋ ਅਤੇ ਮੈਂ ਜਗਰੂਪ ਸਿੰਘ, ਮੈਂ ਨਹੀਂ ਤੁਸੀਂ ਨਹੀਂ ਦੇਣਾ, ਤੁਹਾਨੂੰ ਧਾਲੀਵਾਲ ਸਾਹਿਬ ਅਤੇ ਆਪਣੇ ਦੇਣਗੇ ਬਾਠ ਸਾਹਿਬ, ਬਾਠ ਸਾਹਿਬ ਇਹਨਾਂ ਨੂੰ ਬੁੱਕੇ ਦੇ ਦਿਓ, ਬਾਹਰ ਗਏ ਹੋ ਕੇ ਖਲੋ, ਆਹ ਜਿਹੜੇ ਬੰਦੇ ਖਲੋਤੇ, ਔਰ ਉਦੋਂ ਤੋਂ ਹੀ ਇਹ ਆ ਕੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਬੀਬੀਆਂ ਨੂੰ ਫਰੀ ਯੋਗਾ ਕਰਾਉਂਦੇ ਰਹੇ ਨੇ, ਬੀਬੀਆਂ ਨੇ ਕਾਫੀ ਲਾਭ ਉਠਾਇਆ, ਔਰ ਮੇਰੀ ਬੇਨਤੀ ਅੱਗੇ ਸਾਲ ਤੋਂ ਇਹ ਫਿਰ ਆਇਆ ਕਰਨਗੇ ਕਿ ਬੀਬੀਆਂ ਇਸ ਐਕਸਰਸਾਈਜ਼ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਇਹਨਾਂ ਦੇ ਮਿਸਿਜ ਡਾਕਟਰ ਨੇ, ਮੈਂ ਬੇਨਤੀ ਕੀਤੀ ਸੀ ਵੀ ਉਹਨਾਂ ਨੂੰ ਨਾਲ ਲੈ ਕੇ ਆਇਓ, ਪਰ ਉਹ ਮੇਰਾ ਖਿਆਲ ਨਹੀਂ ਆ ਸਕੇ, ਬਿਜ਼ੀ ਹੋਣਗੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਤੁਹਾਡੀਆਂ ਸੇਵਾਵਾਂ, ਤੁਹਾਡਾ ਯੋਗਦਾਨ ਇਸ ਮੇਲੇ 'ਚ ਸਭ ਤੋਂ ਉੱਪਰ ਹੈ, ਤੁਹਾਡਾ ਕਰਕੇ ਸਾਰਾ ਕੁਛ ਹੋ ਰਿਹਾ, ਇਸੇ ਤਰ੍ਹਾਂ ਸੇਵਾ ਰੱਖਿਓ। ਇੱਕ ਹੋਰ ਟੀਮ ਹੈ ਸਾਡੇ ਕੋਲ, ਜਿਹੜੇ ਬਜ਼ੁਰਗ ਨੇ, ਬਜ਼ੁਰਗ ਇਕੱਠੇ ਹੋ ਕੇ ਆਉਂਦੇ ਆ, ਆਪਣੀਆਂ ਗੱਪਾਂ ਛੱਪਾਂ ਮਾਰਦੇ ਨੇ, ਉਹਨਾਂ ਵਿੱਚ ਸਾਡੇ ਕੋਲ ਮਾਸਟਰ ਜੀ ਸਰਦਾਰ ਚਰਨਜੀਤ ਸਿੰਘ ਜੀ ਧਾਲੀਵਾਲ, ਹਮੇਸ਼ ਉਦੋਂ ਤੋਂ ਲੈ ਕੇ ਆਉਂਦੇ ਨੇ, ਆਪ ਵੀ ਆਉਂਦੇ ਨੇ, ਆਪਣੇ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਆਉਂਦੇ ਨੇ। ਮੈਨੂੰ ਸਾਰਿਆਂ ਦਾ ਨਾਂ ਯਾਦ ਨਹੀਂ, ਪਰ ਮੈਂ ਜਿੰਨੇ ਕੁ ਮੈਨੂੰ ਨਾਂ ਯਾਦ ਨੇ, ਮਲਕੀਤ ਸਿੰਘ ਝੱਲੀ ਸਰਬਜੀਤ ਦੇ ਡੈਡ ਨੇ, ਸਰਦਾਰ ਭਾਗ ਸਿੰਘ ਜੀ, ਬਲਜੀਤ ਸਿੰਘ, ਪ੍ਰੋਫੈਸਰ ਮਲਕੀਤ ਸਿੰਘ ਜੀ, ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ, ਬੱਚਿਆਂ ਨੂੰ ਬੇਨਤੀ ਹੈ ਕਿ ਰੌਲਾ ਨਾ ਪਾਇਓ, ਤੁਹਾਡੀ ਵਾਰੀ ਆ ਹੁਣ, ਨੈਕਸਟ ਆਹ ਬੱਚੀਆਂ ਵੱਡੀਆਂ ਨੇ, ਇਹਨਾਂ ਨੇ ਬਹੁਤ ਵਧੀਆ ਪਲੇਅ ਕੀਤਾ, ਹੁਣ ਤੁਹਾਡਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਕਰਦੇ ਹਾਂ। ਇਹਨਾਂ ਦਾ ਸਾਰਿਆਂ ਦਾ ਆਲਮੋਸਟ ਸਾਰੇ ਜਿਹੜੇ ਬਜ਼ੁਰਗ ਨੇ, ਇੱਕ ਇੱਕ ਦੋ ਦੋ ਨਾਲ ਹੋਰ ਲੈ ਕੇ ਆ ਕਰੋ ਅਤੇ ਇੱਥੇ ਰੌਣਕ ਬਣ ਜਾਂਦੀ ਹੈ, 150 ਬਜ਼ੁਰਗ ਤੁਰੇ ਹੋਣ ਅਤੇ ਸਾਨੂੰ ਹੌਸਲਾ ਹੋ ਜਾਂਦਾ ਵੀ ਸਾਡੇ ਵੱਡੇ ਸਾਡੇ ਕੋਲ ਨੇ, ਸਾਡੇ ਬਜ਼ੁਰਗ ਸਾਡੇ ਸਤਿਕਾਰਯੋਗ ਸਾਡੇ ਕੋਲ ਬੈਠੇ ਨੇ, ਕੋਈ ਗਲਤੀ ਨਾ ਹੋਵੇ, ਕੋਈ ਗਲਤ ਕੰਮ ਨਾ ਹੋਵੇ, ਕੋਈ ਗਲਤ ਐਕਸ਼ਨ ਨਾ ਹੋਵੇ।
ਸਰਦਾਰ ਰਜਾਬ ਸਿੰਘ ਜੀ ਗਰਚਾ ਵੀ ਯੂਕੇ ਤੋਂ ਆਏ ਨੇ, ਮੈਂ ਉਹਨਾਂ ਦਾ ਵੀ ਮਾਣ ਸਨਮਾਨ ਕਰਨਾ ਆ। ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜੀ, ਆਪਣਾ ਕੀਮਤੀ ਟਾਈਮ ਦਿੱਤਾ ਸਾਨੂੰ ਉਹਨਾਂ ਨੇ। ਕਹਿੰਦੇ ਮੇਰਾ ਨਾਂ ਨਹੀਂ ਲਿਆ, ਇਹ ਸਾਰੀ ਦੁਨੀਆ ਇਹਨਾਂ ਦਾ ਨਾਂ ਜਾਣਦੀ ਹੈ, ਜੇ ਮੈਂ ਨਾਂ ਲਵਾਂਗਾ ਕਿੰਨਾ ਕੁ ਫਰਕ ਪਏਗਾ। ਸਰਦਾਰ ਸੰਤੋਖ ਸਿੰਘ ਜੀ ਮੰਢੇਰ ਵੈਨਕੋਵਰ ਤੋਂ ਹਰ ਫੰਕਸ਼ਨ 'ਤੇ ਇੱਥੇ ਪਹੁੰਚਦੇ ਨੇ, ਭਾਵੇਂ ਕੋਈ ਸ਼ੁਹਾਰਾ ਹੋਵੇ, ਭਾਵੇਂ ਵਿਆਹ ਹੋਵੇ ਅਤੇ ਭਾਵੇਂ ਕੋਈ ਖੇਡ ਹੋਵੇ। ਇਹਨਾਂ ਨੂੰ ਸੈਟਲ ਬਹੁਤ ਚੰਗਾ ਲੱਗਦਾ। ਮੇਰੇ ਵੱਲੋਂ ਭਾਅ ਜੀ ਦਿਲੋਂ ਤੁਹਾਨੂੰ ਜੀ ਆਇਆ, ਛੀਲੇ ਸਾਹਿਬ ਬੈਠੇ ਆ, ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ। ਭਾਅ ਜੀ ਧਾਲੀਵਾਲ ਸਾਹਿਬ, ਜਗਦੇਵ ਸਿੰਘ ਜੀ ਬੈਠੇ ਆ ਪਿੱਛੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਾਲੋ ਸਾਹਿਬ ਬੈਠੇ ਨੇ ਇੱਧਰ, ਮੈਰਿਜ ਵੇਲ ਤੋਂ ਸੰਗਤ ਆਈ ਆ, ਭਾਅ ਜੀ ਬਲਵੀਰ ਸਿੰਘ, ਰੇਪੀ ਧਾਲੀਵਾਲ ਜੀ, ਆਪਣਾ ਸੰਧੂ ਸਾਹਿਬ, ਜਗਿੰਦਰ ਸਿੰਘ ਜੀ, ਇਹ ਤਰ੍ਹਾਂ ਦੇ ਬੰਦੇ ਤੇ ਬੈਠੇ ਹੋਣ, ਸਾਡੀ ਉਸ ਤਰ੍ਹਾਂ ਹੀ ਟੌਹਰੀ ਵੱਖਰੀ ਹੋ ਜਾਂਦੀ ਹੈ। ਸਾਡਾ ਵੀ ਜੀ ਕਰਦਾ ਜਰਾ ਪੱਗ ਹੋਰ ਖਿੱਚ ਕੇ ਬੰਨਿਆ ਕਰੀਏ। ਜੇ ਕਿਸੇ ਦਾ ਨਾਂ ਨਹੀਂ ਵੀ ਲਿਆ ਗਿਆ ਤੇ ਮੈਂ ਖਿਮਾ ਦਾ ਜਾਚਾਂਗਾ, ਪਰ ਤੁਹਾਡਾ ਆਉਣਾ, ਤੁਹਾਡੀ ਹਾਜ਼ਰੀ ਇੱਥੇ ਸਾਡੇ ਸਿਰ ਮੱਥੇ 'ਤੇ ਹੈ, ਸਾਡਾ ਸਤਿਕਾਰ ਕਰਦੀ ਹੈ, ਸਾਡਾ ਸਤਿਕਾਰ ਵੱਧਦਾ। ਜੀ ਆਇਆਂ ਨੂੰ ਇਸੇ ਤਰ੍ਹਾਂ ਆਉਂਦੇ ਰਿਹਾ ਕਰੋ, ਮੈਂ ਜ਼ਿਆਦਾ ਲੰਮਾ ਨਾ ਕਰਾਂ। ਸੈਕੰਡ ਪੰਜਾਬ ਜੋ ਸੌਕਰ ਵਿੱਚ ਸੈਕੰਡ ਟੀਮ ਸੀ, ਪੰਜਾਬ ਸੈਕੰਡ ਨੰਬਰ 'ਤੇ, ਉਹ ਵੀ ਇੱਥੇ ਆ ਜਾਣ ਤਾਂ ਕਿ ਸਾਰਿਆਂ ਨੂੰ ਮੈਡਲ ਦੇ ਸਕੀਏ। ਸੌਕਰ ਗਰਲਸ USA ਫਸਟ ਸੈਕੰਡ ਪੰਜਾਬ ਸਪੋਰਟਸ। ਪੀਜੇ ਦੀ ਸੇਵਾ, ਫੂਡ ਦੀ ਸੇਵਾ ਜਿੰਨਾ ਵਲੰਟੀਅਰਾਂ ਨੇ ਕੀਤੀ ਹੈ, ਮੇਰੀ ਬੇਨਤੀ ਉਹਨਾਂ ਨੂੰ, ਜੇ ਮਨਜੀਤ ਸਿੰਘ ਪੀਜੇ ਵਾਲੇ ਆਏ ਹੋਣ, ਹਰੀ ਐਂਡ ਕਰੀ ਵਾਲੇ, ਉਹ ਵੀ ਅੱਗੇ ਆ ਜਾਣ। ਸ਼ਾਹੀ ਟਰੈਵਲਸ ਮੈਂ ਨੋਟ ਕੀਤਾ ਸੀ, ਪਲੀਜ਼ ਅੱਗੇ ਆ ਜਾਓ। ਹਰਦੀਪ ਸਿੰਘ ਗਿੱਲ ਇੱਥੇ ਆ ਜਾਓ, ਅਤੇ ਹਰਵਿੰਦਰ ਸਿੰਘ ਆਏ ਨੇ, ਮੈਨੂੰ ਮਿਲੇ ਸੀ, ਉਹ ਵੀ ਆ ਜਾਓ ਅੱਗੇ। ਸੋਚ ਦੋ, ਮੈਂ ਕਹਿਣਾ ਭੁੱਲ ਗਿਆ ਵਾ, ਮੇਰੇ ਕੋਲ ਭਾਅ ਜੀ ਹੋਣੀ ਸੰਘਾ ਵਾਲੀਆ ਸਾਹਿਬ ਅਤੇ ਹੋਰ ਵੀ ਆਏ ਨੇ ਬੜੇ ਸੱਜਣ, ਮੇਰੀ ਬੇਨਤੀ ਆ ਕਿ ਸੋਚ ਵਾਲੇ ਵੀ ਜ਼ਰੂਰ ਆਉਣ ਇੱਥੇ। ਅਤੇ ਪਰਮਿੰਦਰ ਸਿੰਘ ਤੁਸੀਂ ਵੀ ਆ ਜਾਓ, ਜਗਦੇਵ ਸਿੰਘ ਸੰਧੂ ਵੀ ਆਏ ਆ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਇੱਥੇ ਆ ਜਾਓ। ਸਰਦਾਰ ਮਨਮੋਹਨ ਸਿੰਘ ਧਾਲੀਵਾਲ, ਇਹ ਵੀ ਪਹੁੰਚ ਜਾਣ। ਬਲਜੀਤ ਸਿੰਘ ਸੈਂਬੀ ਜਿਨ੍ਹਾਂ ਨੇ ਜਲ ਜੀਰੇ ਦੀ ਸੇਵਾ ਕਰਦੇ ਰਹੇ, ਮੇਰੀ ਬੇਨਤੀ ਆ ਅੱਗੇ ਆਈ ਜਾਣ, ਅਜੇ ਆਉਂਦੇ ਨਹੀਂ, ਫਿਰ ਉਨੀ ਦੇਰ ਹੋਏਗੀ। ਆਹ ਭਾਅ ਜੀ ਸੈਂਬੀ ਸਾਹਿਬ ਵੀ ਇੱਥੇ ਨੇ। ਅੱਜ ਬਾਠ ਸਾਹਿਬ ਦਾ ਪੀਜ਼ਾ ਅਤੇ ਇਹਨਾਂ ਦਾ ਪਟਾਟੋ ਸੈਲਡ ਅਤੇ ਆਪਣਾ ਮਕਰੋਨੀ ਵਗੈਰਾ ਲੈ ਕੇ ਆਏ ਨੇ, ਇਹਨਾਂ ਦੀ ਸੇਵਾ, ਇਹਨਾਂ ਨੂੰ ਵੀ ਬੇਨਤੀ ਆ ਕਿ ਇੱਥੇ ਅੱਗੇ ਆ ਜਾਓ। ਭੈਣ ਜੀ ਪੁਸ਼ਪਾ ਜੀ ਜਿਹੜੇ ਨੇ ਉਹ, ਉਹਨਾਂ ਨੂੰ ਮੇਰਾ ਖਿਆਲ ਕੋਈ ਛੱਡੀ ਤੇ ਖਾਏ ਨੇ, ਉਹ ਵੀ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਆ ਜਾਓ। ਮੈਨੂੰ ਰੋਂਗ ਮਿਲ ਗਿਆ, ਮੈਂ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਪਰ ਮੈਨੂੰ ਪਤਾ ਲੱਗਿਆ ਗਏ ਨੇ। ਭੈਣ ਜੀ ਤੁਸੀਂ ਵੀ ਆਓ, ਪਲਕੀ ਜੇ ਆਈ ਹੋਵੇ, ਪਲਕੀ ਨੇ ਤੀਆਂ 'ਚ ਵੀ ਸੇਵਾ ਕੀਤੀ ਆ ਇੱਥੇ, ਅੱਜ ਵੀ ਉਹਨਾਂ ਦੀ ਬਹੁਤ ਵੱਡੀ ਸੇਵਾ, ਬਹੁਤ ਚੰਗੀ ਸੇਵਾਦਾਨੀ ਕੁੜੀ ਆ, ਮੇਰੀ ਬੇਨਤੀ ਆ ਜੇ ਆਈ ਹੋਵੇ ਤੇ ਉਹ ਵੀ ਆ ਜੇ। ਤੇ ਕਰਮਜੀਤ ਸਿੰਘ ਢਿੱਲੋਂ ਤੇ ਮੋਂਟਰੀਅਲ ਨੇ ਸੌਰਵ ਰਿਸ਼ੀ ਇੱਥੇ ਆ, ਇਹਨਾਂ ਨੇ ਵੀ ਤੁਹਾਡੇ ਦੀ ਸੇਵਾ ਕੀਤੀ ਸੀ। ਰਿਸ਼ੀ ਸਾਹਿਬ ਇੱਧਰ ਆ ਜਾਓ, ਆਓ ਆਓ। ਇਹਨਾਂ ਨੇ ਪੀਜ਼ੇ ਦੀ ਰਿਫਰੈਸ਼ਮੈਂਟ ਦੀ ਸਾਰੀ ਸੇਵਾ ਇਹਨਾਂ ਦੀ ਸੀ, ਮੈਂ ਬਹੁਤ ਲੰਬਾ ਨਾ ਕਰਾਂ, ਮੈਨੂੰ ਗਿੰਦੀ ਦੀ ਕੋਈ ਸੇਵਾ ਨਹੀਂ। ਅਤੇ ਸਾਡੇ ਆਨਰ ਆਫ ਗੈਸਟ ਨੇ ਸਰਦਾਰ ਜਸਜੀਤ ਸਿੰਘ ਜੀ ਭਿੰਡਰ, ਸਾਡੇ ਕੋਲ ਹੀ ਬੈਠੇ ਨੇ, ਮੇਰੀ ਬੇਨਤੀ ਹੈ ਇੱਥੇ ਆ ਜਾਓ। ਗੱਚਾ ਸਾਹਿਬ ਆਓ ਤੁਸੀਂ ਵੀ, ਭਾਈ ਦਰਸ਼ਨ ਸਿੰਘ ਦਿਓ, ਆਓ ਭਾਅ ਜੀ ਆਓ। ਭਾਅ ਜੀ ਸਾਡੇ ਛੋਟੇ ਜਿਹੇ ਸੱਦੇ ਨੂੰ ਤੁਸੀਂ ਮੰਨਿਆ ਅਤੇ ਆਏ ਹੋ, ਤੁਹਾਡਾ ਸ਼ੁਕਰੀਆ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਦੂਰੋਂ ਆਏ ਜੇ। ਸਰਦਾਰ ਕਰਵੰਤ ਸਿੰਘ ਜੀ ਸ਼ਾਹ ਜੇ ਇੱਥੇ ਹੁਣ ਤਾਂ ਮੈਂ ਭੁੱਲ ਗਿਆ, ਆ ਜਾਓ ਆ ਜਾਓ ਆ ਜਾਓ। ਉਹਨਾਂ ਦਾ ਇਹ ਅਖੀਰ 'ਤੇ ਤਾਰਾ ਚਮਕੇ ਨੇ ਅੱਜ, ਪਹਿਲਾਂ ਤਾਂ ਦਰਸ਼ਨ ਘੱਟ ਹੋਏ ਨੇ ਅਤੇ ਅੱਜ ਇਹਨਾਂ ਨੇ ਵੀ ਕੋਈ ਖਾਣ ਪੀਣ ਨਹੀਂ ਲਿਆਂਦਾ। ਲਿੰਪੀ ਧਾਲੀਵਾਲ ਜੀ ਸਾਡੇ ਕੋਲ ਆਏ ਨੇ, ਗੁਰਦੁਆਰਾ ਮੈਰਿਜ ਵੇਲ ਦੇ ਪ੍ਰਧਾਨ ਨੇ, ਮੈਂ ਦਿਲੋਂ ਇਹਨਾਂ ਨੂੰ ਜੀਆਂ ਕਹਿੰਦਾ। ਦੂਰੋਂ ਆਇਓ ਤੁਸੀਂ, ਬਲਵੀਰ ਸਿੰਘ ਆਏ ਨੇ, ਭਾਅ ਜੀ ਧਰਮ ਸਿੰਘ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਅੱਜ ਦਾ ਇਹ ਪ੍ਰੋਗਰਾਮ ਵੇਖ ਕੇ। ਮੈਂ ਬੇਸਿਕਲੀ 45 ਸਾਲ ਤੋਂ ਇੰਗਲੈਂਡ 'ਚ ਰਹਿ ਰਿਹਾ ਬੱਚੋ। ਮੈਂ 9 ਸਾਲ ਦਾ ਸੀ ਜਦੋਂ ਬੋਲ ਫੜਨ ਲੱਗ ਪਿਆ ਸੀਗਾ, ਅਤੇ 14 ਸਾਲ ਦੀ ਉਮਰ 'ਚ ਮੈਂ ਖੇਡਣਾ ਸ਼ੁਰੂ ਕਰਤਾ, ਅਤੇ 21 ਸਾਲ ਮੈਂ ਇੰਗਲੈਂਡ 'ਚ ਆ ਕੇ ਨੈਸ਼ਨਲ ਡਿਵੀਜ਼ਨ ਸੈਕਿੰਡ ਵਾਲੀਬਾਲ ਖੇਡਿਆ, ਅਤੇ ਅੱਜ ਪਹਿਲਾਂ 10 ਸਾਲ ਤੋਂ ਮੈਂ ਸਪੋਰਟ ਹੀ ਕਰ ਰਿਹਾ ਹੈਗਾ, ਲੋਕਾਂ ਨੂੰ ਪ੍ਰਮੋਟ ਕਰ ਰਿਹਾ ਸਪੋਰਟਸ ਨੂੰ। ਬਹੁਤ ਸਾਰੀਆਂ ਸਪੋਰਟਸ ਆ ਖੇਡੀਆਂ ਔਰ ਖਿਡਾਈਆਂ। ਮੇਰਾ ਇੱਕੋ ਇੱਕ ਮੈਸੇਜ ਤੁਹਾਨੂੰ ਆ ਕਿ ਤੁਸੀਂ ਖੇਡਣ ਲੱਗੇ ਹੋ, ਜੇ ਮੈਂ ਬੈਕ ਹੋਮ ਨੂਰਮੈਨ ਨੂੰ ਬਿਲੋਂਗ ਕਰਦਾ ਹੋਇਆ ਇੰਟਰਨੈਸ਼ਨਲ ਖੇਡ ਸਕਦਾ, ਅਤੇ ਤੁਸੀਂ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਖੇਡ ਸਕਦੇ ਹੋ, ਬਸ਼ਰਤ ਹੈ ਕਿ ਤੁਸੀਂ ਦਿਲੋਂ ਖੇਡੋ। ਔਰ ਮੈਨੂੰ ਖੁਸ਼ੀ ਆ ਅੱਜ ਸਾਡੀਆਂ ਭੈਣਾਂ ਅਤੇ ਸਾਡੀਆਂ ਬੀਬੀਆਂ ਵੇਖ ਕੇ। ਬੀਬੀਓ, ਇਹ ਜਿਹੜਾ ਨਿਸ਼ਾਨਾ ਸਾਡਾ ਉਨੀ ਦੇਰ ਪੂਰਾ ਨਹੀਂ ਹੋ ਸਕਦਾ ਜਿੰਨੀ ਦੇਰ ਤੁਸੀਂ ਸਪੋਰਟ ਨਹੀਂ ਕਰਦੀਆਂ। ਮੈਂ ਦੁਨੀਆ ਭਰ ਦੇ ਸਾਰੇ ਦੇਸ਼ਾਂ 'ਚ ਜਾ ਚੁੱਕਾ, ਜਿੰਨੀ ਸ਼ਿੱਦਤ ਨਾਲ ਤੁਸੀਂ ਬੀਬੀਆਂ ਨੇ ਆਪਣੇ ਬੱਚਿਆਂ ਨੂੰ ਇਹਨਾਂ ਗਰਾਊਂਡਾਂ 'ਚ ਲਿਆਂਦਾ, ਮੈਂ ਸਮਝਦਾ ਵੀ ਨੰਬਰ 1 ਹੈ ਜੀ। ਮੈਂ ਯੂਰਪ ਦੇ ਸਾਰੇ ਦੇਸ਼ਾਂ 'ਚ ਜਾ ਕੇ ਦੇਖ ਚੁੱਕਾ, ਸਾਡੀਆਂ ਬੀਬੀਆਂ ਇੰਨੀਆਂ ਨਹੀਂ ਆਉਂਦੀਆਂ। ਪਿਛਲੇ 45 ਸਾਲ ਤੋਂ ਇੰਗਲੈਂਡ 'ਚ ਰਹਿ ਰਿਹਾ, ਇੰਨੀਆਂ ਬੀਬੀਆਂ ਉੱਥੇ ਵੀ ਇਕੱਠੀਆਂ ਹੋਈਆਂ। ਸੋ ਸਾਡਾ ਉਹ ਨਿਸ਼ਾਨਾ ਜਿਹੜਾ ਅਸੀਂ ਮੁਮਨ ਕਈ ਵਾਰੀ ਸੋਚਦੇ ਹਾਂ ਵੀ ਕਿ ਸਾਡੇ ਬੱਚੇ ਨੈਸ਼ਨਲ ਅਤੇ ਇੰਟਰਨੈਸ਼ਨਲ ਕਿਉਂ ਨਹੀਂ ਖੇਡਦੇ, ਇਹ ਉਨੀ ਦੇਰ ਕਦੇ ਵੀ ਨਹੀਂ ਖੇਡ ਸਕਦੇ ਜਿੰਨੀ ਦੇਰ ਤੁਸੀਂ ਇਹਨਾਂ ਬੱਚਿਆਂ ਨੂੰ ਸਪੋਰਟ ਨਹੀਂ ਕਰਦੇ। ਔਰ ਸਾਡੇ ਵੀਰ ਜਿਹੜੇ ਆ ਉਹ ਇਹਨਾਂ ਨੂੰ ਸਾਥ ਨਹੀਂ ਦਿੰਦੇ, ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਬੱਚੇ ਇੰਟਰਨੈਸ਼ਨਲ ਖੇਡ ਸਕਣਗੇ। ਮੈਂ ਥੋੜ੍ਹੀ ਜਿਹੀ ਆਪਣੇ ਬਾਰੇ ਗੱਲ ਦੱਸਦਿਆਂ, ਇੰਗਲੈਂਡ ਤੋਂ ਵਸਦਾ ਹੋਇਆ ਪੰਜਾਬ 'ਚ ਨੂਰਮੈਨ ਨੂੰ ਬਿਲੋਂਗ ਕਰਦਾ ਹੋਇਆ 4 ਬੱਚੇ ਅਸੀਂ ਇੰਡੀਆ ਦੀ ਟੀਮ ਖਿਡਾ ਚੁੱਕੇ ਹਾਂ, ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਵੀ ਇਹ ਕੰਮ ਕਰੋਗੇ। ਸੋ ਅੱਜ ਇੰਗਲੈਂਡ ਤੋਂ ਆ ਕੇ ਤੁਹਾਡੇ ਸਾਰੇ ਇਸ ਦਾਰਮਦਾਰ ਨੂੰ ਦੇਖ ਕੇ ਮੈਨੂੰ ਅੰਤ ਦੀ ਖੁਸ਼ੀ ਹੋਈ ਆ। ਅਕਾਲ ਚਲ ਤੋਂ ਮੈਂ ਪ੍ਰੋਮ ਕਰਦਾ ਵਿਰਸੇ ਦੇ ਵਾਰਸ, ਤੁਸੀਂ ਮੈਨੂੰ ਹਰ ਹਾਲਤ ਦੇਖ ਸਕਦੇ ਹੋ ਪ੍ਰੋਗਰਾਮ ਵਿਰਸੇ ਦੇ ਵਾਰਸ ਔਰ ਅਕਾਲ ਚਲ 'ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਮਾਪਿਆਂ ਨਾਲੋਂ ਵੀ ਜ਼ਿਆਦਾ ਮਾਵਾਂ ਜਿਹੜੀਆਂ ਨੇ ਇਹਨਾਂ ਨੇ ਦਰਸ਼ਨ ਦਿੱਤੇ ਨੇ, ਇਸੇ ਤਰ੍ਹਾਂ ਆਉਂਦੀਆਂ ਰਹੋ। ਇਹ ਤੁਹਾਡੀ ਗਰਾਊਂਡ ਆ, ਤੁਹਾਡਾ ਘਰ ਆ, ਤੁਹਾਡੀ ਇੱਜ਼ਤ ਆ, ਤੁਹਾਡਾ ਮਾਣ ਹੈ, ਇਸੇ ਤਰ੍ਹਾਂ ਆਓ, ਇਸੇ ਤਰ੍ਹਾਂ ਚੱਲਦਾ ਰਹੇਗਾ। ਬਹੁਤ ਸ਼ੁਕਰੀਆ, ਮੈਂ ਜ਼ਿਆਦਾ ਲੰਬਾ ਨਾ ਕਹਾਂ। ਮੈਂ ਤਾਂ ਪਿਛਲੇ 2 ਸਾਲ ਤੋਂ ਰਹਿ ਰਿਹਾ ਸੈਟਲ ਦੇ ਵਿੱਚ, ਅਤੇ ਮੈਂ ਅਸਲ 'ਚ ਮੈਨੂੰ ਪਤਾ ਹੀ ਨਹੀਂ ਸੀਗਾ। ਮੈਂ ਇਹ ਸੋਚਦਾ, ਮੈਂ ਕਿਹਾ ਵੀ ਆਪਣੇ ਇੱਥੇ ਪੰਜਾਬੀ ਘੱਟ ਨੇ, ਔਰ ਮੈਨੂੰ ਆ ਜਦੋਂ ਦਾ ਮੈਂ ਇੱਥੇ ਜੁੜਿਆ ਹਾਂ ਕੈਂਪ ਦੇ ਨਾਲ, ਅਤੇ ਮੈਨੂੰ ਪਤਾ ਲੱਗਾ ਵੀ ਇੱਥੇ ਵੀ, ਮੈਂ ਸਮਝਦਾ ਵੀ ਸਾਰੇ ਪੰਜਾਬੀ ਜਿਹੜੇ ਨੇ ਕੈਲੀਫੋਰਨੀਆ 'ਚ ਆਪਣੀ ਕਮਿਊਨਿਟੀ ਜ਼ਿਆਦੀ ਆ, ਪਰ ਇੱਥੇ ਦੇਖ ਕੇ ਬਹੁਤ ਖੁਸ਼ੀ ਹੋਈ ਆ। ਅਤੇ ਸਭ ਤੋਂ ਪਹਿਲਾਂ ਮੈਂ ਆਪਦੇ ਬਾਰੇ ਦੱਸਦਾ, ਮੈਂ ਇੰਟਰਨੈਸ਼ਨਲ ਲੈਵਲ ਦਾ ਬੋਕਸਿੰਗ ਦਾ ਪਲੇਅਰ ਹਾਂ ਇੰਡੀਆ ਤੋਂ, ਅਤੇ ਮੈਂ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਹਾ, ਅਤੇ ਇੱਥੇ ਜਦੋਂ ਤੋਂ ਮੈਂ ਆ ਪਿਛਲੇ 1.5 ਮੰਥ ਤੋਂ ਮੈਂ ਜੁੜਿਆ ਇਹਨਾਂ ਦੇ ਨਾਲ, ਅੰਕਲ ਗੁਰਚਰਨ ਢਿੱਲੋਂ ਦੇ ਨਾਲ, ਅੰਕਲ ਗੁਰਜੀਤ ਸਿੱਧੂ ਦੇ ਨਾਲ, ਅੰਕਲ ਧਾਰੀਵਾਲ ਦੇ ਨਾਲ, ਅਤੇ ਬਹੁਤ ਵਧੀਆ ਮੈਨੂੰ ਲੱਗਾ ਆ। ਦੂਜੀ ਗੱਲ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਬੜੀ ਵਧੀਆ ਚੀਜ਼ ਆ, ਜਿਹੜਾ ਇੱਕ ਕੈਂਪ ਲੱਗਣਾ ਚਾਹੀਦਾ ਆ ਆਪਣਾ ਬੱਚਿਆਂ ਦਾ, ਆਪਣੀ ਕਮਿਊਨਿਟੀ ਦਾ। ਔਰ ਮੈਂ ਪਿਛਲੇ 1.5 ਮਹੀਨੇ ਤੋਂ ਇਹਨਾਂ ਨੂੰ ਟ੍ਰੇਨ ਕਰ ਰਿਹਾ ਵਾਂ, ਬੱਚਿਆਂ ਨੂੰ ਇਹਨਾਂ ਨੂੰ ਕੋਚਿੰਗ ਦੇ ਰਿਹਾ ਹਾਂ। ਮੈਂ ਇੱਕ ਚੀਜ਼, ਗੁੱਸਾ ਨਾ ਕਰੋ ਮੇਰੀ ਗੱਲ ਦਾ, ਮੈਂ ਇੱਕ ਚੀਜ਼ ਫੀਲ ਕੀਤੀ ਆ 1.5 ਮਹੀਨੇ ਦੇ ਵਿੱਚ, ਆਪਣੀ ਜਿਹੜੀ ਕਮਿਊਨਿਟੀ ਆ, ਜਿਹੜੇ ਬੱਚੇ ਨੇ ਆਪਣੇ, ਥੋੜ੍ਹਾ ਜਿਹਾ ਪਤਾ ਨਹੀਂ ਇਹਨਾਂ ਨੂੰ
ਇੱਕ ਮੋਟੀਵੇਟ ਕਰਨ ਦੀ ਲੋੜ ਹੈ ਆਪਣੇ ਇਤਿਹਾਸ ਬਾਰੇ। ਆਪਣਾ ਇਤਿਹਾਸ ਕੀ ਆ, ਆਪਾਂ ਮਾਰਸ਼ਲ ਕੌਮ ਦੇ ਹੈਗੇ ਹਾਂ, ਆਪਾਂ ਕਿਹੜੀ ਕੌਮ ਦੇ ਵਿੱਚੋਂ ਆ। ਇਹ ਕਿਤੇ ਨਾ ਕਿਤੇ ਮੈਂ ਟ੍ਰੇਨ ਕਰਦੇ ਹਾਂ ਇਹਨਾਂ ਦੇ ਵਿੱਚ, ਇੱਕ ਤਾਂ ਉਹ ਹੈ ਨਹੀਂ ਗੀ ਵੀ ਜਿੱਦਾਂ ਮੈਂ ਅਸੀਂ ਹੋਰ ਵਧੀਆ ਕਰੀਏ ਰਾਈਡ। ਹੁਣ ਸਾਡੇ ਇਸ ਕੈਂਪ ਦੇ ਵਿੱਚ ਜਿਹੜੇ ਆਪਣੇ ਬਾਹਰਲੀਆਂ ਕਮਿਊਨਿਟੀਆਂ ਦੇ ਵਿੱਚ ਜਿੱਦਾਂ ਅਮੈਰੀਕਨ ਗੋਰੇ ਕਾਲੇ ਵੀ ਸਾਰੇ ਖੇਡ ਦੇ ਪਾਰਟੀਸਪੇਟ ਕਰਦੇ ਆਉਂਦੇ ਨੇ, ਪ੍ਰੈਕਟਿਸ ਕਰਦੇ ਨੇ, ਔਰ ਕਿਤੇ ਨਾ ਕਿਤੇ ਆਪਣੇ ਬੱਚੇ ਡਰਦੇ ਨੇ ਉਹਨਾਂ ਤੋਂ, ਉਹਨਾਂ ਦੇ ਸਾਹਮਣੇ ਖੇਡਣ ਤੋਂ ਬਿਨਾਂ, ਕਿਉਂਕਿ ਉਹ ਪਤਾ ਨਹੀਂ ਜਾਂ ਮੈਂਟਲੀ ਸਟਰੋਂਗ ਨੇ ਜਾਂ ਕੁਛ ਇੱਦਾਂ ਦੀ ਚੀਜ਼ ਹੈਗੀ ਆ। ਔਰ ਆਪਾਂ ਨੂੰ ਲੋੜ ਆ, ਆਪਾਂ ਸਾਰੇ ਪਰਿਵਾਰ ਇਕੱਠੇ ਹੋਏ, ਤੁਹਾਡੇ ਬੱਚੇ ਇੱਥੇ ਨੇ, ਥੋੜ੍ਹਾ ਬਹੁਤ ਇਹਨਾਂ ਨੂੰ ਆਪਣੀ ਆਪਣੇ ਕੌਮ ਬਾਰੇ, ਆਪਣੇ ਸਿੱਖ ਇਤਿਹਾਸ ਬਾਰੇ ਦੱਸਿਆ ਕਰੋ ਵੀ ਇਹ ਜਿਹੜਾ ਇਹ ਥੋੜ੍ਹਾ ਮੈਂਟਲੀ ਵੀ ਡਿਵੈਲਪ ਹੋਣ। ਅਤੇ ਇਹਦੇ ਨਾਲ ਨਾਲ ਮੈਂ ਜਦੋਂ ਮੈਂ ਇੱਥੇ ਜੁੜਿਆ ਅੰਕਲਾਂ ਦੇ ਨਾਲ ਇੱਥੇ ਕੈਂਪ ਦੇ ਵਿੱਚ, ਅਤੇ ਮੈਂ ਇੱਕ ਚੀਜ਼ ਨੋਟ ਕੀਤੀ, ਮੈਂ ਬੋਕਸਿੰਗ ਦਾ ਪਲੇਅਰ ਹਾਂ, ਮੈਂ ਇੱਥੇ ਕਿਉਂ ਨਾ ਬੋਕਸਿੰਗ ਦੀ ਟ੍ਰੇਨਿੰਗ ਦੇਵਾਂ। ਔਰ ਮੈਂ ਬੋਕਸਿੰਗ ਦਾ ਕਲੱਬ ਪੰਜਾਬ ਬੋਕਸਿੰਗ ਕਲੱਬ ਸਿਆਟਲ ਇੱਥੇ ਨਾਮ ਤੋਂ ਰਜਿਸਟਰ ਕੀਤਾ ਆ। ਔਰ ਜਿਹੜੇ ਵੀ ਤੁਸੀਂ ਆਪਣਾ ਕੋਈ ਚਾਹਵਣ ਹੈਗੇ ਨੇ ਬੱਚੇ ਜਿਹੜੇ, ਮੈਂ ਕਰਨਾ ਚਾਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਮੈਂ ਟ੍ਰੇਨਡ ਕਰਾਂ। ਸੋ ਫੇਸਬੁੱਕ 'ਤੇ ਪੰਜਾਬ ਬੋਕਸਿੰਗ ਕਲੱਬ ਸਿਆਟਲ ਨੂੰ ਜੇ ਕਿਸੇ ਨੂੰ ਲੋੜ ਆ ਅਤੇ ਆਪਣਾ ਰਜਿਸਟਰ ਕਰਨ ਜਾਂ ਮੈਨੂੰ ਫੋਲੋ ਕਰਨ, ਅਤੇ ਆਪਾਂ ਆਪਣੀ ਕਮਿਊਨਿਟੀ ਵਾਸਤੇ ਕੁਛ ਕਰੀਏ। ਤੇਰੀਆਂ ਸੇਵਾਵਾਂ ਜ਼ਰੂਰ ਲਵਾਂਗੇ। ਐਤਕੀ ਅਸੀਂ ਯੋਗਾ 'ਚ ਟੀਮ ਤਿਆਰ ਕੀਤੀ, ਅਗਲੇ ਸਾਲ ਬੋਕਸਿੰਗ ਦੇ ਵਿੱਚ ਵੀ ਹੋਏਗੀ। ਹੁਣ ਸਾਡੇ ਚੀਫ ਗੈਸਟ ਸਾਡੇ ਕੋਲ ਪਹੁੰਚ ਚੁੱਕੇ ਨੇ। ਗਿੱਲ ਸਾਹਿਬ, ਕਦੇ ਸਮਾਂ ਸੀ ਅਸੀਂ ਇਕੱਲੇ ਸਾਂ ਇੱਥੇ, ਵੱਡੇ ਵੱਡੀਆਂ ਸ਼ਖਸੀਅਤਾਂ ਤੁਹਾਡੇ ਵਰਗੀਆਂ ਜਦੋਂ ਆਉਂਦੀਆਂ ਸੀ, ਨਿਊਯਾਰਕ ਤੋਂ ਮੁੜ ਜਾਂਦੇ ਸਨ, ਵੈਨਕਾਵਰ ਤੋਂ ਮੁੜ ਜਾਂਦੇ ਸੀ, ਸਾਡੇ ਕੋਈ ਆਉਂਦਾ ਨਹੀਂ ਸੀ। ਆਹ ਜਿਹੜੇ ਮੇਲੇ ਕਰਾਉਣ ਲੱਗੇ ਹਾਂ, ਸਾਨੂੰ ਸੱਦੇ ਪੱਤਰ ਦੇਣ ਲੱਗੇ ਹਾਂ, ਬੜੇ ਬੜੇ ਮਾਣਯੋਗ, ਬੜੇ ਬੜੇ ਵੱਡੇ ਸਿਤਾਰੇ, ਬੜੇ ਬੜੇ ਵੱਡੇ ਲੀਡਰ, ਬੜੇ ਬੜੇ ਯੋਗ ਵਿਦਵਾਨ ਲੋਕ ਆ ਕੇ ਸਾਨੂੰ ਮਿਲੇ ਨੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਅੱਜ ਸਾਡੇ ਸਾਰਿਆਂ ਵਾਸਤੇ ਫੇਰ ਸੁਭਾਗ ਦਾ ਸਮਾਂ ਹੈ। ਸਾਡੇ ਕੋਲ ਸਰਦਾਰ ਸੁੱਚਾ ਸਿੰਘ ਜੀ ਗਿੱਲ, ਜਿਨ੍ਹਾਂ ਦੀਆਂ ਬੜੀਆਂ ਲੰਬੀਆਂ ਸੇਵਾਵਾਂ ਨੇ, ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਰਹੇ, ਹਿਮਾਚਲ ਯੂਨੀਵਰਸਿਟੀ ਵੀ ਰਹੇ, ਔਰ ਪਟਿਆਲਾ ਯੂਨੀਵਰਸਿਟੀ ਵੀ ਇਹਨਾਂ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਹੈ। ਉਸ ਤੋਂ ਬਾਅਦ ਵਿੱਚ ਵੀ ਇਹਨਾਂ ਦੀਆਂ ਪੰਜਾਬ ਗੌਰਮੈਂਟ, ਭਾਵੇਂ ਉਹ ਬਾਦਲ ਸਰਕਾਰ ਹੋਵੇ, ਭਾਵੇਂ ਕਾਂਗਰਸ ਸਰਕਾਰ ਹੋਵੇ, ਇਹਨਾਂ ਦੀਆਂ ਸੇਵਾਵਾਂ ਅੱਜ ਵੀ ਚੱਲਦੀਆਂ ਨੇ, ਐਗਰੀਕਲਚਰ ਨਾਲ ਬਹੁਤ ਜ਼ਿਆਦਾ ਸੰਬੰਧਿਤ ਰਹੇ, ਜਿਨ੍ਹਾਂ ਨੇ ਬੇਹੱਦ ਸੇਵਾ ਪੰਜਾਬੀਆਂ ਦੀ ਅਤੇ ਖਾਸ ਤੌਰ 'ਤੇ ਸਾਡੇ ਕਿਸਾਨਾਂ ਦੀ, ਫਾਰਮਰਸ ਦੀ ਕੀਤੀ ਹੈ। ਅੱਜ ਉਹ ਸਾਡੇ 'ਚ ਬੈਠੇ ਨੇ, ਸਾਡੇ ਸਾਰਿਆਂ ਵਾਸਤੇ ਬਹੁਤ ਮਾਣ ਦੀ ਗੱਲ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਟੇਜ 'ਤੇ ਆਓ, ਸਾਡੀ ਕਮਿਊਨਿਟੀ ਦੇ ਸਰਕਾਰ ਦਾ ਮੈਂਬਰ ਜਿਹੜੇ ਨੇ ਉਹਨਾਂ ਵੱਲੋਂ ਤੁਹਾਡਾ ਮਾਣ ਸਨਮਾਨ ਕੀਤਾ ਜਾਵੇ। ਔਰ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ, ਪਾਠ ਸਾਹਿਬ ਇੱਥੇ ਨੇ, ਤੁਸੀਂ ਗਿੱਲ ਸਾਹਿਬ ਦਾ ਮਾਣ ਸਨਮਾਨ ਕਰਨਾ, ਭਾਅ ਜੀ ਖਹਿਰਾ ਸਾਹਿਬ ਨੇ, ਸੰਧੂ ਸਾਹਿਬ ਨੇ, ਗਿੱਲ ਸਾਹਿਬ ਨੇ, ਅਤੇ ਫਿਰ ਤੁਸੀਂ 5 ਮਿੰਟ ਇਹਨਾਂ ਬੱਚਿਆਂ ਨੂੰ ਅਸੀਸ ਦੇਣੀ ਹੈ, ਕੁਛ ਕਹਿਣਾ ਹੈ। ਸਮਰ ਕੈਂਪ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ, ਡੋਨਰ ਔਰ ਕੋਚ ਸਾਹਿਬਾਨ, ਬੱਚਿਓ, ਭੈਣੋ ਅਤੇ ਭਰਾਓ, ਅੱਜ ਬੜਾ ਹੀ ਸੁਭਾਗਾ ਦਿਨ ਹੈ ਕਿ ਕੈਂਪ ਦਾ ਆਖਰੀ ਦਿਨ ਹੈ, ਬੱਚਿਆਂ ਨੂੰ ਮੈਡਲ ਪ੍ਰਵਾਨ ਦਿੱਤੇ ਗਏ ਨੇ। ਔਰ ਇਹ ਜਿਹੜਾ ਉਪਰਾਲਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਬੱਚੇ ਕਿਸੇ ਵੀ ਦੇਸ਼ ਦਾ, ਕਿਸੇ ਵੀ ਕਮਿਊਨਿਟੀ ਦਾ ਭਵਿੱਖ ਹੁੰਦੇ ਨੇ, ਅਤੇ ਇਹ ਸਟੈਪ ਜੋ ਹੈ, ਜੋ ਤੁਹਾਡੀ ਕੋਸ਼ਿਸ਼ ਹੈ, ਬੱਚਿਆਂ ਨੂੰ ਟ੍ਰੇਨ ਕਰਨਾ, ਬੱਚਿਆਂ ਨੂੰ ਡਿਸਿਪਲਿਨ ਸਿਖਾਉਣਾ, ਬੱਚਿਆਂ ਦੇ ਵਿੱਚ ਕਾਨਫੀਡੈਂਸ ਲਿਆਉਣਾ, ਇਹ ਲੌਂਗ ਟਰਮ ਦੇ ਵਿੱਚ ਇਹਦੇ ਰਿਜ਼ਲਟ ਬਹੁਤ ਪੋਜ਼ਿਟਿਵ ਨਿਕਲਦੇ ਨੇ। ਔਰ ਇੱਥੇ ਜ਼ਿਕਰ ਹੋਇਆ ਕਿ ਸਾਡੇ ਬੱਚੇ ਸ਼ਾਇਦ
ਜਿਹੜੇ ਇੱਥੋਂ ਦੇ ਪੁਰਾਣੇ ਵਸਨੀਕ ਨੇ ਉਹਦੇ ਮੁਕਾਬਲੇ 'ਚ ਕਾਨਫੀਡੈਂਸ ਨਾਲ ਨਹੀਂ ਪਾਰਟੀਸਪੇਟ ਕਰਦੇ। ਪਰ ਮੈਨੂੰ ਲੱਗਦਾ ਕਿ ਪਿਛਲੇ ਕੁਛ ਸਾਲਾਂ ਤੋਂ ਹਿੰਦੁਸਤਾਨ ਦੀ ਟੀਮ, ਹਾਕੀ ਟੀਮ ਤਾਂ ਸ਼ੁਰੂ ਤੋਂ ਹੀ ਇਸ ਮਾਮਲੇ ਦੇ ਵਿੱਚ ਬਹੁਤ ਹੀ ਕਾਰਗਰ ਔਰ ਗੋਲਡ ਮੈਡਲ ਜਿੱਤਦੀ ਰਹੀ ਹੈ। ਔਰ ਇਹ ਬੱਚੇ ਜਿਹੜੇ ਨੇ ਜਿਸ ਉਮਰ ਤੋਂ ਸ਼ੁਰੂ ਕਰ ਰਹੇ ਨੇ, ਇਹਦੀ ਇਹਨਾਂ 'ਚ ਕੈਪੈਸਿਟੀ ਡਿਵੈਲਪ ਹੋਣ ਦੇ ਬਹੁਤ ਚਾਂਸਿਸ ਨੇ। ਇੱਕ ਗੱਲ ਜਿਹੜੀ ਮੈਂ ਜ਼ੋਰ ਦੇ ਕੇ ਕਹਿਣੀ ਚਾਹੁੰਦਾ ਕਿ ਜਿਹੜੀ ਇਸ ਕੈਂਪ ਦੀ ਮਹੱਤਤਾ ਇਹ ਆ ਕਿ ਇਹ ਬੱਚੇ ਜਦੋਂ ਸਮਰ ਹੁੰਦੀ ਹੈ ਸਕੂਲਾਂ ਤੋਂ ਵਿਹਲੇ ਹੋ ਜਾਂਦੇ ਨੇ, ਤਾਂ ਵਿਹਲੇ ਬੱਚਿਆਂ ਦੇ ਦਿਮਾਗ ਜਿਹੜੇ ਨੇ ਉਹ ਜਾਂ ਤਾਂ ਫੋਨ ਦੇ ਨਾਲ ਚਿੰਬੜੇ ਰਹਿਣਗੇ ਜਾਂ ਕੰਪਿਊਟਰ ਦੇ ਐਡਿਕਸ਼ਨ ਹੋਏਗੀ। ਇਹ ਜਿਹੜੀ ਸਪੋਰਟਸ ਦੀ ਗੇਮ ਹੈ ਉਹਦੇ ਤੋਂ ਪਰੇ ਕਰਦੀ ਹੈ। ਦੂਸਰੀ ਗੱਲ ਹੈ ਕਿ ਇਹਦੇ ਨਾਲ ਭਾਈਚਾਰਾ ਜਿਹੜਾ ਹੈਗਾ, ਸਾਰੇ ਬੱਚੇ ਵੱਖ ਵੱਖ ਸਕੂਲਾਂ ਦੇ ਪੜ੍ਹਦੇ ਜਿਹੜੇ ਨੇ ਉਹ ਇੱਥੇ ਆਣ ਕੇ ਆਪਸ ਵਿੱਚ ਮਿਲਦੇ ਜੁਲਦੇ ਨੇ, ਆਪਣੇ ਤਜਰਬੇ ਸ਼ੇਅਰ ਕਰਦੇ ਨੇ, ਔਰ ਫੈਲੋਸ਼ਿਪ ਜਿਹੜੀ ਪੈਦਾ ਹੁੰਦੀ ਆ ਇਹ ਲੰਮੇ ਸਮੇਂ ਤੱਕ ਇਹਦੇ ਰਿਜ਼ਲਟ ਸਾਡੇ ਸਾਹਮਣੇ ਆਉਂਦੇ ਨੇ। ਔਰ ਭਾਈਚਾਰਾ ਡਿਵੈਲਪ ਕਰਨ ਵਾਸਤੇ ਅਤੇ ਕਮਿਊਨਿਟੀ ਨੂੰ ਸਟਰੈਂਥਨ ਕਰਨ ਵਾਸਤੇ ਮੈਂ ਸਮਝਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਔਰ ਇਹੀ ਇੱਕ ਤਰੀਕਾ ਹੈ ਜਿਹਦੇ 'ਚ ਤੁਸੀਂ ਬੱਚਿਆਂ ਨੂੰ ਜਿਹੜੀਆਂ ਨਸ਼ਿਆਂ ਦੀਆਂ ਅਲਾਮਤਾਂ ਨੇ ਜਾਂ ਹੋਰ ਅਲਾਮਤਾਂ ਵਿੱਚ ਬੱਚੇ ਫਸ ਸਕਦੇ ਨੇ ਬਚਾ ਸਕਦੇ ਜੇ। ਅਤੇ ਇਹ ਜਿਹੜੇ ਬੱਚਿਆਂ ਨੇ ਮੈਡਲ ਜਿੱਤੇ ਨੇ ਇਹ ਮੁਬਾਰਕ ਦੇ ਹੱਕਦਾਰ ਨੇ। ਔਰ ਜਿਨ੍ਹਾਂ ਬੱਚਿਆਂ ਨੇ ਨਹੀਂ ਮੈਡਲ ਜਿੱਤੇ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ, ਉਹ ਵੀ ਇਕੁਅਲੀ ਹੀ ਮੁਬਾਰਕ ਦੇ ਹੱਕਦਾਰ ਨੇ। ਕਿਉਂਕਿ ਜਿਹੜੀ ਸਪੋਰਟਸਮੈਨ ਸਪਿਰਿਟ ਇਹ ਹੈ ਕਿ ਜਿੱਤ ਹਾਰ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ, ਅਤੇ ਕਹਿੰਦੇ ਨੇ ਕਿ ਫੇਲਰ ਇਜ਼ ਏ ਪਿੱਲਰ ਟੂ ਸਕਸੈਸ। ਜਿਨ੍ਹਾਂ ਨੂੰ ਨਹੀਂ ਮੈਡਲ ਮਿਲੇ ਉਹ ਕੋਸ਼ਿਸ਼ ਕਰਕੇ ਮੈਡਲ ਲਿਜਾ ਸਕਦੇ ਨੇ। ਅਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ, ਇਹੋ ਜਿਹੀ ਹੈਬਿਟ ਹੈ, ਜਿਨ੍ਹਾਂ ਵੀ ਸੱਜਣਾਂ ਨੇ ਇਹਦੇ ਵਿੱਚ ਇਹਨੂੰ ਇਹਦਾ ਪ੍ਰਬੰਧ ਕੀਤਾ, ਜਿਨ੍ਹਾਂ ਨੇ ਇਹਦੇ 'ਚ ਸੇਵਾ ਕੀਤੀ ਹੈ, ਕੋਚਿਸ ਨੇ, ਡੋਨਰ ਨੇ, ਉਹ ਵੀ ਮੁਬਾਰਕਬਾਦ ਦੇ ਹੱਕਦਾਰ ਨੇ ਇਸ ਮੌਕੇ 'ਤੇ। ਔਰ ਮੈਂ ਸਮਝਦਾ ਕਿ ਗੁਰਚਰਨ ਸਿੰਘ ਹੋਣਾ ਨੇ, ਢਿੱਲੋਂ ਸਾਹਿਬ ਨੇ ਜਿਹੜਾ ਇਹ ਕਾਰਜ ਪਿਛਲੇ 15 ਸਾਲਾਂ ਤੋਂ ਸ਼ੁਰੂ ਕੀਤਾ, ਇਹ ਅਗਲੇ 10-15 ਸਾਲ ਦੇ ਵਿੱਚ ਤੁਹਾਨੂੰ ਜ਼ਰੂਰ ਰਿਜ਼ਲਟ ਦਿਖਾਏਗਾ। ਇਹ ਜਿਹੜੇ ਸਾਡੇ ਸਾਹਮਣੇ ਬੱਚੀਆਂ ਬੱਚੇ ਬੈਠੇ ਨੇ ਇਹ ਜ਼ਰੂਰ ਅਗਲੇ ਕੁਛ ਸਾਲਾਂ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਖੇਡਣਗੇ ਔਰ ਮਾਂ ਪਿਓ ਦਾ ਅਤੇ ਤੁਹਾਡੀ ਕਲੱਬ ਦਾ ਜਿਹੜਾ ਨਾਂ ਰੋਸ਼ਨ ਕਰਨਗੇ। ਔਰ ਮੈਂ ਸਮਝਦਾ ਕਿ ਮੈਨੂੰ ਤੁਸੀਂ ਅੱਜ ਇੱਥੇ ਬੁਲਾ ਕੇ ਮੇਰਾ ਬਹੁਤ ਮਾਣਤਾਨ ਕੀਤਾ, ਔਰ ਮੈਂ ਪ੍ਰੋਮਿਸ ਕਰਦਾ ਕਿ ਜਦੋਂ ਵੀ ਤੁਸੀਂ ਮੈਨੂੰ ਆਵਾਜ਼ ਮਾਰੋਗੇ ਮੈਂ ਇੱਥੇ ਹਾਜ਼ਰ ਹੁੰਦਾ ਰਹਾਂਗਾ, ਮੈਂ ਆਉਂਦਾ ਜਾਂਦਾ ਰਹਿੰਦਾ ਇੱਥੇ। ਔਰ ਮੈਂ ਦੇਖਦਾ ਕਿ ਇਹ ਜਿਹੜੀ ਕਮਿਊਨਿਟੀ ਹੈ, ਸਾਡੀ ਕਮਿਊਨਿਟੀ ਜੋ ਹੈ ਇਹ ਬੜੀ ਵਾਈਬ੍ਰੈਂਟ ਕਮਿਊਨਿਟੀ ਹੈ। ਉਹ ਕਹਿੰਦੇ ਨੇ ਦੁਨੀਆ ਦੇ ਵਿੱਚ ਇੱਕੋ ਇੱਕ ਮਿਨੋਰਿਟੀ ਹੈ ਜਿਹੜੀ ਆਪਣੇ ਆਪ ਨੂੰ ਕਦੀ ਮਿਨੋਰਿਟੀ ਨਹੀਂ ਸਮਝਦੀ ਹੈ। ਇਹ ਬੱਚੇ ਬੱਚੀਆਂ ਜਿਹੜੇ ਨੇ ਇਹ ਸਾਡਾ ਮਾਣਤਾਨ ਕਰਨਗੇ। ਔਰ ਮੈਨੂੰ ਅੱਜ ਖਾਸ ਖੁਸ਼ੀ ਇਸ ਗੱਲ 'ਤੇ ਹੋਈ ਆ ਕਿ ਜਿਹੜੀਆਂ ਬੱਚੀਆਂ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਮਾਣ ਵਾਸਤੇ, ਤੁਸੀਂ ਜੋ ਸ਼ਬਦ ਬੋਲੇ ਨੇ ਉਹ ਯਾਦ ਰੱਖਣ ਯੋਗ ਨੇ। ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਉਹਨਾਂ ਰਾਹਾਂ 'ਤੇ ਤੋਰਿਆ ਜਾਵੇ ਜਿਨ੍ਹਾਂ 'ਤੇ ਤੁਸੀਂ ਦੇਖਣਾ ਚਾਹੁੰਦੇ ਜੇ। ਮੇਰੀਆਂ ਭੈਣਾਂ ਤੀਆਂ ਵਾਲੀਆਂ ਆਈਆਂ ਨੇ, ਰਾਜ ਜੇ ਇੱਥੇ ਹੋਵੇ ਤਾਂ ਆਪਣੀ ਟੀਮ ਲੈ ਕੇ ਆਵੇ। ਇਹਨਾਂ ਨੇ ਤੀਆਂ ਦਾ ਮੇਲਾ ਕਰਾਇਆ ਸੀ ਔਰ ਅਤੇ ਅੱਗੇ ਤੋਂ ਵੀ ਇਹਨਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਤਿਆਰ ਹੋ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਵਾਸਤੇ ਤਗੜੀਆਂ ਹੋ ਕੇ ਰਿਹਾ ਕਰੋ, ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਿਹਾ ਕਰੋ। ਬਹੁਤ ਬਹੁਤ ਸ਼ੁਕਰੀਆ ਸਾਡੇ ਕਹਿਣ 'ਤੇ ਤੁਸੀਂ ਤੀਆਂ ਦਾ ਪ੍ਰੋਗਰਾਮ ਕੀਤਾ ਔਰ ਬੜਾ ਕਾਮਯਾਬ ਤੁਹਾਡਾ ਪ੍ਰੋਗਰਾਮ ਸੀ। ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਮਿਹਨਤ ਕਰਦੀਆਂ ਰਹੂਗੀਆਂ। ਇਹ ਮਿਹਨਤ ਆ ਜਿਹੜੀ ਆਪਣੀ ਮਾਂ ਬੋਲੀ ਲਈ, ਆਪਣੀ ਮਾਂ ਧਰਤੀ ਲਈ ਕਰਦੇ ਹਾਂ। ਪੁਸ਼ਪਾ ਮਾਤਾ ਜੀ ਸਾਡੇ ਦੇ ਭੈਣ ਜੀ ਹੈ, ਮੈਂ ਮਾਤਾ ਜੀ ਨਾ ਕਹਾਂ, ਇਹ ਵੀ ਜਿਹੜੀ ਸੇਵਾ ਕਰਦੇ ਨੇ ਬਹੁਤ ਵੱਡੀ ਹੈ।
ਇਹਨਾਂ ਦੀ ਬੇਟੀ ਨੇ ਵੀ ਤੀਆਂ ਦੇ ਵਿੱਚ ਬਹੁਤ ਸੇਵਾ ਕੀਤੀ ਆ, ਮੇਰਾ ਸ਼ੁਕਰੀਆ। ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰਿਆਂ ਦਾ। ਜੇ ਕੋਈ ਨਾਂ ਰਹਿ ਗਿਆ, ਮੈਂ ਹੁਣੇ ਹੁਣੇ ਨਜ਼ਰ ਕੀਤੀ ਸੀ ਕਿ ਸ਼ਾਹ ਜੀ ਔਰੰਜ ਜੂਸ ਵੀ ਲੈ ਕੇ ਆਏ ਆ। ਇਹ 2 ਮਿੰਟ ਹੋਰ ਲੱਗਣੇ, ਜਿਹੜੇ ਬੱਚੇ ਬਾਕੀ ਨੇ ਮਲੀ ਸਾਹਿਬ ਇਹਨਾਂ ਨੂੰ। ਹਾਂਜੀ, ਅੱਗੇ ਜੋ ਗਰਲਸ ਦੀਆਂ ਰੇਸਿੰਗ ਹੋਈਆਂ ਸੀਗੀਆਂ ਉਹਨਾਂ ਵਿੱਚ ਫਸਟ 9-10 ਈਅਰ ਦੇ ਵਿੱਚ ਸੁਖਮੀਤ ਫਸਟ, ਜਸਲੀਨ ਸੈਕੰਡ, 11-12 ਈਅਰ ਦੇ ਵਿੱਚ ਅਮਾਨਤ ਫਸਟ, ਕੀਰਤ ਸੈਕੰਡ, ਰੁਸਲੀਨ ਥਰਡ। ਸੈਕੰਡ ਜਸਲੀਨ ਸੀ, ਉਧਰ ਜਸਲੀਨ ਸੈਕੰਡ ਸੀਗੀ ਜਿਹੜੀ ਉਹ 9-10 ਈਅਰ ਦੇ ਵਿੱਚ ਜੋ ਇੱਥੇ ਹੈਗੀ ਆ। ਇਲੈਵਨ ਟੂ ਟਵੈਲਵ ਅਮਾਨਤ ਫਸਟ, ਕੀਰਤ ਸੈਕੰਡ, ਰੁਸਲੀਨ ਥਰਡ। ਉਸ ਤੋਂ ਅੱਗੇ 13-14 ਈਅਰ ਦੇ ਵਿੱਚ ਏਕਮ ਫਸਟ, ਸੈਕੰਡ ਗੁਰਲੀਨ ਐਂਡ ਥਰਡ ਮਨਵੀਰ। 13-14 ਈਅਰ ਰੇਸਿੰਗ ਗਰਲ ਦੇ ਵਿੱਚ ਏਕਮ ਫਸਟ, ਸੈਕੰਡ ਗੁਰਲੀਨ ਐਂਡ ਥਰਡ ਮਨਵੀਰ। ਉਹਨੇ ਬਾਅਦ ਦੇ ਵਿੱਚ ਚੇਂਜ ਕਰ ਲਾਂਗੇ, ਜੇ ਕਿਸੇ ਨੂੰ ਕੋਈ ਮੈਡਲ ਇੱਧਰ ਉੱਧਰ ਹੋਇਆ ਉਹ ਤਾਂ ਸਾਡੇ ਨਾਲ ਸਟੇਜ 'ਤੇ ਆ ਕੇ ਚੇਂਜ ਕਰ ਲਿਓ, ਉਹ ਹੈਗਾ ਈਮੇਲ ਗਿਆ। ਕਿਉਂਕਿ ਹੁਣ ਆਪਣੇ ਕੋਲ ਟਾਈਮ ਬਹੁਤ ਲਿਮਿਟਡ ਆ, ਸੋ ਥੋੜ੍ਹਾ ਜਲਦੀ ਆਪਾਂ ਮੈਡਲ ਬਾਅਦ ਦੇ ਵਿੱਚ ਚੇਂਜ ਕਰ ਲਿਓ, ਕੋਈ ਨਹੀਂ ਬੱਚਿਓ ਐਕਸਚੇਂਜ ਕਰ ਲਿਓ। ਉਸ ਤੋਂ ਅੱਗੇ 13-14 ਈਅਰ ਗਰਲਸ ਏਕਮ ਫਸਟ, ਜੋ ਬੋਇਜ਼ ਦੀ ਟੀਮ ਸੀਗੀ ਸੌਕਰ ਦੇ ਵਿੱਚ, ਸਿਆਟਲ ਫਸਟ, ਪੰਜਾਬ ਸਪੋਰਟ ਸੈਕੰਡ। ਜੋ ਬੱਚੇ ਇੱਥੇ ਹੈਗੇ ਆ ਅਤੇ ਆ ਕੇ ਆਪਣੇ ਮੈਡਲ ਲੈ ਲੈਣ ਗਰਾਊਂਡ ਦੇ ਵਿੱਚੋਂ, ਚੇਅਰਸ ਵਗੈਰਾ ਟੇਬਲ ਵਗੈਰਾ ਚੱਕਣ ਦੇ ਲਈ, ਤਾਂ ਸਾਡੀ ਹੈਲਪ ਜ਼ਰੂਰ ਕਰਵਾ ਕੇ ਜਾਇਆ ਕਰੋ। ਅਤੇ ਕਿਉਂਕਿ ਅਸੀਂ ਸਾਰਾ ਪ੍ਰਬੰਧ ਕੀਤਾ ਹੁੰਦਾ, ਆਪਾਂ ਸਾਨੂੰ ਹੈਲਪ ਦੀ ਲੋੜ ਹੁੰਦੀ ਹੈ, ਸੋ ਸਾਰੇ ਪਲੀਜ਼ ਜੋ ਵੀ ਯੰਗਸਟ ਸਾਡੇ ਹੈਗੇ ਆ ਪਲੇਅਰ ਇੱਥੇ ਹੁੰਦੇ, ਸਾਡੀ ਹੈਲਪ ਕਰਕੇ ਜਾਇਆ ਕਰੋ ਇੱਥੇ, ਸਾਰਾ ਸਮਾਨ ਇਕੱਠਾ ਕਰਕੇ ਸਫਾਈ ਕਰਕੇ ਜਾਣ ਦੇ ਲਈ, ਅਤੇ ਪਲੀਜ਼ ਇਹ ਸਾਡੀ ਰਿਕੁਐਸਟ ਆ ਤੁਹਾਨੂੰ। ਅਗਲੇ ਐਤਵਾਰ ਹੀ ਹੋਏਗਾ ਔਰ ਕੈਂਟ ਮਰੇਡੀਅਨ ਸਕੂਲ 'ਚ ਹੈ, ਸਾਰਿਆਂ ਨੂੰ ਉਹਨਾਂ ਕਮੇਟੀ ਵੱਲੋਂ ਬੇਨਤੀ ਹੈ 1 ਸਤੰਬਰ ਨੂੰ ਹੈ, ਅਤੇ ਉੱਥੇ ਕੈਂਟ ਮਰੇਡੀਅਨ ਸਕੂਲ 'ਚ ਸਾਰੇ ਜਾਣੇ ਪਹੁੰਚਣ ਦੀ ਇਹ ਵੀ ਬੇਨਤੀ ਹੈ। ਇੱਕ ਜਿਹੜੀ ਜ਼ਰੂਰੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਸਾਰੇ ਜਾਣੇ ਇਕੱਤਰ ਹੋਏ ਹਾਂ ਢਿੱਲੋਂ ਸਾਹਿਬ ਦੀ ਸਿਹਤ ਵਾਸਤੇ, ਜਿੱਥੇ ਜਿੱਥੇ ਵੀ ਬੈਠੇ ਹੋ ਅਰਦਾਸ ਕਰਿਆ ਕਰੋ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ, ਬਿਲਕੁਲ ਠੀਕ ਨੇ, ਪਰ ਪਤਾ ਨਹੀਂ ਲੱਗ ਰਿਹਾ ਕਿਉਂਕਿ ਹਰ ਰੋਜ਼ ਉਹਨਾਂ ਦਾ ਵੇਟ ਜੋ ਹੈ ਉਹ ਲੂਜ਼ ਕਰ ਰਿਹਾ, ਕਮਜ਼ੋਰ ਹੁੰਦੇ ਜਾਂਦੇ ਨੇ, ਅਤੇ ਮੈਂ ਇਹ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਉਹਨਾਂ ਲਈ ਅਰਦਾਸ ਕਰਿਆ ਕਰੀਏ, ਉਹ ਸਿਹਤਯਾਬ ਹੋ ਸਕਣ, ਉਹ ਤੰਦਰੁਸਤ ਹੋਣ, ਅਤੇ ਇਹ ਮੇਲਾ ਹੋਰ ਵੀ ਵੱਡਾ ਹੋ ਸਕਦਾ। ਬੇਸ਼ੱਕ ਦੇਖਣ ਨੂੰ ਉਹਨਾਂ ਦੀ ਸਾਦੀ ਸ਼ਖਸੀਅਤ ਹੈ, ਪਰ ਉਹਨਾਂ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ, ਅਸੀਂ ਸਿੱਖਿਆ ਹੈ। ਆਹ ਮੇਲੇ ਆ ਰੌਣਕਾਂ ਸਾਰੀ ਉਹਨਾਂ ਦੀ ਦੇਣ ਹੈ, ਔਰ ਉਹਨਾਂ ਦੀ ਜ਼ਿੰਦਗੀ ਲੰਬੀ ਹੋਣੀ ਚਾਹੀਦੀ ਹੈ। ਮੇਰੀ ਸਾਰਿਆਂ ਅੱਗੇ ਅਰਦਾਸ ਹੈ ਕਿ ਜਦੋਂ ਵੀ ਕਦੇ ਟਾਈਮ ਮਿਲੇ ਉਹਨਾਂ ਦੇ ਨਾਂ ਦੀ ਅਰਦਾਸ ਜ਼ਰੂਰ ਕਰਿਆ ਕਰੋ।